ਹੀਰ ਆਖਦੀ ਰਾਂਝਿਆ ਚੱਲ ਦਿੱਲੀ ਗੇੜਾ, ਆਪਾਂ ਵੀ ਜਾ ਕੇ ਇੱਕ ਲਾ ਆਈਏ। ਹੀਰ ਆਖਦੀ ਰਾਂਝਿਆ ਚੱਲ ਦਿੱਲੀ ਗੇੜਾ, ਆਪਾਂ ਵੀ ਜਾ ਕੇ ਇੱਕ ਲਾ ਆਈਏ। ਬੀਜੇਪੀ ਆਪ ਤੇ ਕਾਂਗਰਸੀ ਬੜਕਦੇ ਨੇ, ਫੇਰਾ ਭਲਵਾਨੀ ਆਪਾਂ ਵੀ ਇੱਕ ਪਾ ਆਈਏ। ਰਾਂਝਾ ਕਹਿੰਦਾ ਚੁੱਪ ਕਰਕੇ ਬੈਠ, ਹੀਰੇ ਕਾਨੂੰ ਸਾਨਾਂ ਦੇ ਭੇੜ ਵਿੱਚ ਫਸਣਾ ਈ, ਵੋਟਾਂ ਪਿੱਛੋਂ ਲੋਕਾਂ ਨੇ ਰੋਵਣਾ ਈ ਤੇ ਲੀਡਰਾਂ ਅੰਦਰ ਵੜ ਵੜ ਕੇ ਹੱਸਣਾ ਈ। ਸਤਿ ਸ਼੍ਰੀ ਅਕਾਲ ਜੀ, ਮੈਂ ਜਗਤਾਰ ਜੱਗੀ ਅੱਜ ਕੱਲ੍ਹ ਦਾ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਇੱਕ ਵਾਰ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ, ਹਾਏ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ, ਜਿਹ 'ਚ ਆਪਾਂ ਗੱਲਾਂ ਬਾਤਾਂ ਕਰਾਂਗੇ, ਨਾਲ ਦੀ ਨਾਲ ਕੋਈ ਨਾ ਕੋਈ ਚੁਗਲੀ ਜਿਹੜੀ ਉਹ ਕਰੀਦੀ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਜਿਹੜੀ ਖਾਸ ਚੀਜ਼ ਮੈਂ ਜੋੜਨੀ ਚਾਹੁੰਦਾ ਕਿ ਅਸੀਂ ਅਕਸਰ ਗੱਲ ਕਰੀਦੀ ਹੈ ਸ਼ਹੀਦਾਂ ਦੀ ਜਾਂ ਸਾਡੇ ਕ੍ਰਾਂਤੀਕਾਰੀ ਜਿਹੜੇ ਹੈਗੇ ਨੇ ਉਹਨਾਂ ਦੀ ਗੱਲ ਕਰੀਦੀ ਹੈ, ਤਾਂ ਅੱਜ ਮੈਂ ਇੱਕ ਗੱਲ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ। ਮੈਂ ਇੱਕ ਐਸੀ ਮਹਾਨ ਹਸਤੀ ਦਾ, ਐਸੇ ਮਹਾਨ ਕ੍ਰਾਂਤੀਕਾਰੀ ਦਾ ਜਿਨ੍ਹਾਂ ਦਾ ਜਨਮ 23 ਜਨਵਰੀ ਨੂੰ ਹੋਇਆ ਸੀਗਾ। ਸੋ 23 ਜਨਵਰੀ ਕਰਕੇ ਨਹੀਂ, ਇੱਕ ਤਾਂ ਉਹਨਾਂ ਨੂੰ ਯਾਦ ਆਪਾਂ ਬਹੁਤ ਘੱਟ ਕੀਤਾ, ਇੱਕ ਬਾਹਲੀ ਜਾਣਕਾਰੀ ਹੈ ਨਹੀਂ, ਸਾਨੂੰ ਵੀ ਨਹੀਂ ਹੈਗੀ ਸੀ, ਸਾਡੇ ਦਰਸ਼ਕਾਂ ਨੂੰ ਵੀ ਨਹੀਂ ਹੋਏਗੀ ਕਿ ਉਹ ਕੌਣ ਸੀ। 23 ਜਨਵਰੀ 1897 ਨੂੰ ਭਾਰਤ ਦੇ ਵਿੱਚ ਕਟਕ ਉੜੀਸਾ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ ਸੀਗਾ, ਜਾਨਕੀ ਨਾਥ ਅਤੇ ਪ੍ਰਭਾਵਤੀ ਦੇ ਘਰ। ਉਹ ਬੱਚਾ ਵੱਡਾ ਹੋ ਕੇ ਕੀ ਬਣਿਆ? ਨੇਤਾ ਜੀ ਸੁਭਾਸ਼ ਚੰਦਰ ਬੋਸ, ਉਦੋਂ ਉਹਦਾ ਨਾਮ ਸੀਗਾ ਸੁਭਾਸ਼, ਪਰ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਸੁਭਾਸ਼ ਚੰਦਰ ਬੋਸ ਜੁੜਿਆ। ਉਸ ਤੋਂ ਬਾਅਦ ਉਹ ਨੇਤਾ ਜੀ ਦੇ ਨਾਮ ਨਾਲ ਮਸ਼ਹੂਰ ਹੋਏ, ਜਿਨ੍ਹਾਂ ਨੇ ਇਹ ਨਾਰਾ ਦਿੱਤਾ ਸੀ ਵੀਰ ਜਵਾਨਾਂ ਨੂੰ ਕਿ ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ। ICS ਦੇ ਇਮਤਿਹਾਨਾਂ ਲਈ ਭੇਜਿਆ ਸੀ ਇੰਗਲੈਂਡ ਇਹਨਾਂ ਨੂੰ, ਇਹਨਾਂ ਦੇ ਪਿਤਾ ਜੀ ਨੇ, ਪਰ ਇਹਨਾਂ ਨੇ 4th ਨੰਬਰ 'ਤੇ ਆਏ ਸੀਗੇ, ਬੜੀ ਵਧੀਆ ਤਰੀਕੇ ਨਾਲ ਪਾਸ ਕੀਤੀ ਸੀ, ਪਰ ਨੌਕਰੀ ਛੱਡਤੀ ਸੀ ਗੋਰਿਆਂ ਦੀ ਇਹਨਾਂ ਨੇ 22 ਅਪ੍ਰੈਲ 1921 ਨੂੰ ਨੌਕਰੀ ਛੱਡਤੀ ਸੀਗੀ, ਮੈਂ ਗੋਰਿਆਂ ਦੀ ਨੌਕਰੀ ਨਹੀਂ ਕਰਨੀ, ਮੈਂ ਗੋਰਿਆਂ ਤੋਂ ਆਜ਼ਾਦੀ ਲੈਣੀ ਹੈ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਮੁੜ ਕੇ ਆਏ, ਉਦੋਂ ਉਸ ਸਮੇਂ ਗਾਂਧੀ ਅਤੇ ਨਹਿਰੂ ਜਿਹੜੇ ਸੀਗੇ ਮੂਹਰੇ ਸੀਗੇ, ਅਤੇ ਉਦੋਂ ਕੀ ਕੁਛ ਹੋਇਆ ਸਾਰਾ ਕੁਛ ਹੋਣ ਤੋਂ ਬਾਅਦ ਇਹ ਆਪਣੇ ਤੱਕ ਖਬਰ ਪਹੁੰਚੀ ਹੈ ਵੀ 18 ਅਗਸਤ 1945 ਨੂੰ ਨੇਤਾ ਜੀ ਸੁਭਾਸ਼ ਚੰਦਰ ਦਾ ਜਹਾਜ਼ ਕ੍ਰੈਸ਼ ਹੋਇਆ ਸੀਗਾ ਅਤੇ ਉਦੋਂ ਬਾਅਦ ਉਹਨਾਂ ਦੀ ਡੈੱਥ ਹੋ ਗਈ ਸੀਗੀ। ਇਹ ਸਾਰਿਆਂ ਕੋਲ ਖਬਰ, ਜਾਂ ਜੇ ਇਤਿਹਾਸ ਦੀ ਗੱਲ ਕਰੀਏ ਜਾਂ ਕੁਛ ਕਰੀਏ ਤਾਂ ਇਹ ਗੱਲ ਸਾਡੇ ਕੋਲ ਪਹੁੰਚਦੀ ਹੈ। ਪਰ ਮੈਂ ਇੱਕ ਅੱਜ ਫਿਲਮ ਦੇਖ ਰਿਹਾ ਸੀ, ਫਿਰ ਮੈਂ ਕਿਹਾ ਜ਼ਰੂਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ ਹੈ। ਫਿਲਮ ਦੇਖ ਰਿਹਾ ਸੀ, ਫਿਲਮ ਦਾ ਨਾਮ ਸੀ ਗੁੰਮਨਾਮੀ। ਅੱਜ ਹੀ ਉਹਨਾਂ ਨੇ 23 ਜਨਵਰੀ ਕਰਕੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮਦਿਨ ਕਰਕੇ ਸਪੈਸ਼ਲ ਉਹਨਾਂ ਨੇ ਪਾਈ ਕਿਤੇ, ਉਹ 'ਚ ਮੈਂ ਦੇਖ ਰਿਹਾ ਸੀ ਵੀ ਉਹ ਚਲੋ ਹੋ ਗਈ ਹਵਾ ਗਈ, ਮਗਰੋਂ ਜਿਹੜਾ ਚੱਕਿਆ ਕਿਸੇ ਬੰਦੇ ਨੇ ਉਹ ਮੁੱਦਾ ਉਠਾਇਆ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਉਸ ਹਾਦਸੇ 'ਚ ਨਹੀਂ ਮਰੇ। ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਮੁਤਾਬਕ ਜਿਹੜਾ ਚੰਦਰ ਸ਼੍ਰੀਧਰ ਸੀਗਾ ਬੰਦਾ, ਉਹਨੇ ਜਦੋਂ ਉਠਾਇਆ ਮੁੱਦਾ ਤਾਂ ਪਹਿਲਾਂ ਇੱਕ ਖੋਸਲਾ ਜਿਹੜਾ ਸੀਗਾ ਕਮਿਸ਼ਨ ਬੈਠਿਆ ਸੀਗਾ, ਖੋਸਲਾ ਕਮਿਸ਼ਨ, ਉਹਨਾਂ ਨੇ ਰਿਪੋਰਟ ਦਿੱਤੀ ਸੀ, ਉਹਨਾਂ ਨੇ ਰਿਪੋਰਟ ਦਿੱਤੀ ਪਰ ਉਹ ਰਿਪੋਰਟ ਵੀ ਜਿਹੜੀ ਮੰਨੀ ਨਹੀਂ ਗਈ, ਉਹ ਕਹਿੰਦੇ ਵੀ ਨਹੀਂ ਉਹਦੇ ਵਿੱਚ ਡੈੱਥ ਹੋਈ ਹੈਗੀ ਉਹਨਾਂ ਦੀ ਹਾਦਸੇ ਦੇ ਵਿੱਚ। ਫਿਰ ਇੱਕ 2005 ਦੇ ਵਿੱਚ, ਜੇ ਸਾਡੇ ਦਰਸ਼ਕਾਂ ਨੂੰ ਯਾਦ ਹੋਵੇ, ਖਬਰਾਂ ਪੜ੍ਹੀਆਂ ਸੁਣੀਆਂ ਹੋਣ, ਤਾਂ ਇੱਕ ਹੋਰ ਕਮਿਸ਼ਨ ਬੈਠਾ ਸੀ, ਮੁਖਰਜੀ ਕਮਿਸ਼ਨ ਬੈਠਾ ਸੀ ਇਸੇ 'ਤੇ ਵੀ ਇਹ ਕੀ ਹੋਇਆ ਕੀ ਨਹੀਂ ਹੋਇਆ। ਉਸ ਕਮਿਸ਼ਨ ਨੇ 2005 ਦੀ ਗੱਲ ਹੈ, 2006 ਦੇ ਵਿੱਚ ਇਹ ਕਲੀਅਰ ਕਰ ਦਿੱਤਾ ਸੀਗਾ ਕਿ ਨੇਤਾ ਜੀ ਸੁਭਾਸ਼ ਚੰਦਰ ਦੀ ਮੌਤ ਉਸ ਜਹਾਜ਼ ਹਾਦਸੇ ਵਿੱਚ ਨਹੀਂ ਹੋਈ। ਪਰ ਕਿਵੇਂ ਹੋਈ ਹੈ ਕਿਵੇਂ ਨਹੀਂ ਹੋਈ ਇਹ ਅਜੇ ਵੀ ਉਹਨਾਂ ਨੇ ਸਸਪੈਂਸ ਸੀਗਾ, ਅਤੇ ਅਖੀਰ ਰਿਪੋਰਟ ਉਹਨਾਂ ਨੇ ਸਰਕਾਰ ਨੂੰ ਪੇਸ਼ ਕਰਤੀ ਅਤੇ ਸਰਕਾਰ ਨੇ ਉਹ ਰਿਪੋਰਟ ਰੱਦ ਕਰ ਦਿੱਤੀ ਵੀ ਇਹ ਰਿਪੋਰਟ ਗਲਤ ਹੈ। ਔਰ ਇਹਦੇ ਤੋਂ ਇੱਕ ਗੱਲ ਬੜੀ, 2006 ਦੀ ਅਗਰ ਗੱਲ ਕਰੀਏ ਤਾਂ 2006 ਦੇ ਵਿੱਚ ਮੇਰੇ ਖਿਆਲ ਕਾਂਗਰਸ ਦੀ ਸਰਕਾਰ ਸੀਗੀ ਸੈਂਟਰ ਦੇ ਵਿੱਚ, ਅਤੇ ਇਹ ਇਹਦੇ ਤੋਂ ਅਗਰ ਸਿੱਧ ਕਰੀਏ, ਚਾਹੇ ਪੰਜਾਬ ਦੀ ਗੱਲ ਹੈ ਚਾਹੇ ਭਾਰਤ ਦੀ ਗੱਲ ਹੈ, ਉੱਥੇ ਜਿਹੜੇ ਕਿ ਕਮਿਸ਼ਨ ਬੈਠਦੇ ਨੇ ਉਹ ਜਾਂ ਤਾਂ ਰਿਪੋਰਟ ਉਹ ਦੇਣਗੇ ਵੀ ਜਿਹੜੀ ਸਰਕਾਰ ਨੂੰ ਚਾਹੀਦੀ ਹੈ, ਸਰਕਾਰ ਦੀ ਰਿਪੋਰਟ ਜਿਹੜੀ ਹੈ, ਸਰਕਾਰ ਦੀ ਬੋਲੀ ਜਿਹੜੀ ਆ ਉਹ ਬੋਲ ਕੇ ਉਹ ਰਿਪੋਰਟ ਦੇਣਗੇ, ਅਤੇ ਜੇ ਕੋਈ ਸਹੀ ਰਿਪੋਰਟ ਦਿੰਦਾ ਤਾਂ ਉਸ ਰਿਪੋਰਟ ਨੂੰ ਰੱਦ ਕਰ ਦਿੱਤਾ ਜਾਂਦਾ। ਪਰ ਉਸ ਫਿਲਮ ਦੇ ਮੁਤਾਬਕ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਦਾ ਕਹਿਣਾ ਇਹ ਹੈ ਕਿ ਮਹਾਤਮਾ ਗਾਂਧੀ ਅਤੇ ਖਾਸ ਤੌਰ 'ਤੇ ਜਵਾਹਰ ਲਾਲ ਨਹਿਰੂ ਇਹਨਾਂ ਤੋਂ ਜ਼ਿਆਦਾ ਖੁਸ਼ ਨਹੀਂ ਸੀ। ਖੁਸ਼ ਇਸ ਕਰਕੇ ਨਹੀਂ ਸੀ
कि इन्हां दा कद जिहड़ा एज ए नेता लोग जिहड़े कहिंदे वी 40 करोड़ दी उदों आबादी सीगी ते 40-45 दी 1945 दी आपां गल करदे हां तां उदों ਇਹਨਾਂ ਨੂੰ ਲੋਕ ਜ਼ਿਆਦਾ ਮੰਨਣ ਲੱਗ ਪਏ ਸੀਗੇ, ਇਹਨਾਂ ਦੀ ਗੱਲ ਜ਼ਿਆਦਾ ਸੁਣਨ ਲੱਗ ਪਏ ਸੀ। ਆਜ਼ਾਦ ਹਿੰਦ ਫੌਜ ਇਹਨਾਂ ਨੇ ਫਿਰ ਬਾਅਦ 'ਚ ਬਣਾਈ ਅਤੇ ਇਸ ਕਰਕੇ ਇਹਨਾਂ ਨੇ ਮੁੜ ਕੇ ਅਸਤੀਫਾ ਦੇ ਕੇ ਅਤੇ ਕਹਿੰਦੇ ਵੀ ਜਦੋਂ ਆ ਗਏ ਇਹ ਜਰਮਨ ਵੀ ਰਹੇ ਨੇ, ਹਿਟਲਰ ਦੇ ਨਾਲ ਵੀ ਗੱਲਬਾਤ ਹੋਈ, ਹਿਟਲਰ ਨੇ ਵੀ ਇਹਨੂੰ ਮਾਰਨ ਵਾਸਤੇ ਇਨਾਮ ਰੱਖਿਆ ਸੀਗਾ। ਕੁੱਲ ਮਿਲਾ ਕੇ ਇਹ ਜਦੋਂ ਭਾਰਤ ਆਜ਼ਾਦ ਹੋਇਆ ਅਤੇ ਭਾਰਤ ਨਹੀਂ ਆਏ, ਫਿਲਮ ਦੇ ਮੁਤਾਬਕ ਇਹ ਹੈ ਵੀ ਉਦੋਂ ਬਾਅਦ ਇਹ ਸੰਨਿਆਸੀ ਹੋ ਗਏ। ਭਾਰਤ ਇਹ ਆਏ ਉੱਤਰ ਪ੍ਰਦੇਸ਼ ਦੇ ਵਿੱਚ, ਬਹੁਤ ਸਾਰੇ ਪਰਦੇ ਵਾਲਾ ਬਾਬਾ, ਗੁਮਨਾਮੀ ਬਾਬਾ ਜਾਂ ਫਿਰ ਭਗਵਾਨ ਦੇ ਨਾਮ ਨਾਲ ਇਹ ਮਤਲਬ ਚੰਗਾ ਕੰਮ ਦੱਸਦੇ ਸੀਗੇ। ਨੇਪਾਲ ਦੀ ਆਰਮੀ ਨੂੰ ਬੜੀਆਂ ਚੰਗੀਆਂ ਚੰਗੀਆਂ ਸਲਾਹਾਂ ਦਿੰਦੇ, ਬਹੁਤ ਤਕੜੇ ਵਿਦਵਾਨ ਸੀ, ਬਹੁਤ ਨੌਲੇਜ ਸੀ ਇਹਨਾਂ ਨੂੰ, ਆਰਮੀ ਦੀ ਵੀ ਬਹੁਤ ਨੌਲੇਜ ਸੀ। ਅਤੇ ਮੁੱਕਦੀ ਗੱਲ ਇਹ ਹੈ ਕਿ ਇੱਕ ਤਾਂ ਗੱਲ ਮੁੱਕਦੀ ਇਹ ਹੈ ਕਿ ਇਹਨਾਂ ਨੂੰ ਮੁੜ ਕੇ ਫਿਲਮ ਦੇ ਮੁਤਾਬਕ 1983 ਦੇ ਵਿੱਚ ਇਹਨਾਂ ਦੀ ਫੈਜ਼ਾਬਾਦ ਜੋ ਹੈ ਯੂਪੀ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ, ਉੱਥੇ ਇਹਨਾਂ ਦੀ ਡੈੱਥ ਹੋਈ ਹੈ 1983 ਦੇ ਵਿੱਚ। ਫਿਲਮ ਦੇ ਮੁਤਾਬਕ ਇਹ ਕਿਹਾ ਜਾਂਦਾ, ਇਹ ਰਿਪੋਰਟ ਜਿਹੜੀ ਹੈ ਰਿਪੋਰਟ ਦੇ ਵਿੱਚ ਵੀ ਦਰਜ ਸੀ, ਪਰ ਰਿਪੋਰਟ ਰੱਦ ਕਰ ਦਿੱਤੀ ਗਈ। ਦੂਜੀ ਗੱਲ ਜਿਹੜੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਇਹਨਾਂ ਨੇ ਇੱਕੋ ਇੱਕ ਬੰਦਾ ਸੀ, ਇਹਨਾਂ ਨੇ ਕਿਹਾ ਸੀ ਜਦੋਂ ਆਜ਼ਾਦੀ ਦੀ ਗੱਲ ਆਈ ਸੀ ਆਜ਼ਾਦੀ ਮਿਲ ਤਾਂ ਜਾਊਗੀ, ਪਰ ਆਜ਼ਾਦੀ ਤੋਂ ਬਾਅਦ 3 ਸਮੱਸਿਆਵਾਂ ਆਉਣਗੀਆਂ ਭਾਰਤ ਦੇ ਵਿੱਚ। ਆਜ਼ਾਦੀ ਤੋਂ ਬਾਅਦ ਜਿਹੜੀ ਪ੍ਰੋਬਲਮ ਆਉਣੀ ਆ, ਜਿਹੜੀ ਕਿ ਗੋਰਿਆਂ ਦੇ ਸਮੇਂ ਪ੍ਰੋਬਲਮ ਨਹੀਂ ਸੀਗੀ ਕਹਿੰਦੇ, ਉਹ ਸੀਗੀ ਇੱਕ ਤਾਂ ਰਾਸ਼ਟਰੀ ਸੁਰੱਖਿਆ, ਸਾਡੀ ਸੁਰੱਖਿਆ ਜਿਹੜੀ ਹੈਗੀ ਉਹ ਆਪਾਂ ਨੂੰ ਹਾਲ ਦਿੰਦਾ ਹੀ ਹੈ ਕੀ ਹੈ, ਦੂਜੀ ਗਰੀਬੀ ਅਤੇ ਤੀਜੀ ਅਨਪੜ੍ਹਤਾ। ਔਰ ਇਹ ਤੁਸੀਂ ਆਪ ਹਿਸਾਬ ਲਾ ਲਓ ਵੀ 70-72 ਸਾਲ ਹੋ ਗਏ ਆ, ਅਜੇ ਵੀ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਜੂਝੀ ਜਾਂਦੇ ਹਾਂ, ਲੜੀ ਜਾਂਦੇ ਹਾਂ, ਲੜਾਈ ਜਾਂਦੇ ਹਾਂ, ਕੀ ਬਣਨਾ ਕੀ ਨਹੀਂ ਬਣਨਾ ਇਹਦਾ ਕੁਛ ਨਹੀਂ ਪਤਾ। ਮੈਂ ਇਹ ਜ਼ਿਕਰ ਤਾਂ ਕੀਤਾ ਕਿ ਇੱਕ ਮਹਾਨ ਕ੍ਰਾਂਤੀਕਾਰੀ ਜਿਹਦਾ ਅਸੀਂ ਕਦੇ ਜ਼ਿਕਰ ਨਹੀਂ ਕੀਤਾ, ਜਿਹਦੇ ਬਾਰੇ ਇਹ ਸਸਪੈਂਸ ਹੈ ਕਿ ਉਹਨਾਂ ਦੀ ਮੌਤ ਕੀ ਹੋਈ ਸੀ ਕੀ ਨਹੀਂ ਹੋਈ ਸੀ, ਪਰ ਅਸਲ ਦੇ ਵਿੱਚ ਇਹਨਾਂ ਨੇ ਇਹ ਜਿਹੜੇ ਦੱਸਿਆ ਜਾਂਦਾ ਕਿ 15 ਸਤੰਬਰ 1983 ਨੂੰ ਇਹਨਾਂ ਦੀ ਡੈੱਥ ਹੋਈ ਸੀ, ਪਰ ਕੋਈ ਵੀ ਇਹ ਚੀਜ਼ ਮੰਨਣ ਨੂੰ ਤਿਆਰ ਨਹੀਂ, ਨਾ ਉਦੋਂ ਜਵਾਹਰ ਲਾਲ ਨਹਿਰੂ ਮੰਨਿਆ ਅਤੇ ਨਾ ਉਦੋਂ ਫਿਰ ਜਿਹੜੇ ਸੀਗੇ ਹੁਣ ਸਰਕਾਰਾਂ ਹੈਗੀਆਂ ਉਹ ਇਸ ਚੀਜ਼ ਨੂੰ ਮੰਨਦੀਆਂ ਨੇ। ਇਹਦੇ ਤੋਂ ਇਹ ਸਿੱਧ ਹੁੰਦਾ ਹੈ ਕਿ ਜੋ ਅੱਜ ਕੱਲ੍ਹ ਚੱਲਦਾ ਹੈ ਕਿ ਰਾਸਤੇ 'ਚੋਂ ਹਟਣਾ ਹਟਾਉਣਾ, ਮੇ ਬੀ ਇਹ ਸ਼ੁਰੂ ਤੋਂ ਹੀ ਸਾਡੇ ਵਿੱਚ ਹੈਗਾ, ਸਾਡੇ 'ਚ ਇਹ ਗੱਲਾਂ ਪਤਾ ਹੈਗੀਆਂ ਨੇ। ਚਲੋ ਖੈਰ, ਨੇਤਾ ਜੀ ਦੀ ਗੱਲ ਹੋ ਗਈ, ਹੁਣ ਆਪਾਂ ਚੱਲਦੇ ਹਾਂ ਅੱਜ ਦੇ ਵਿਸ਼ੇ ਵੱਲ ਜਿਹੜੀਆਂ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ। ਕਿਸਮਤ ਚੰਗੀ ਅਤੇ ਮਾੜੀ ਦੋ ਤਰ੍ਹਾਂ ਦੀਆਂ ਕਹਿੰਦੇ ਕਿਸਮਤ ਹੁੰਦੀਆਂ। ਜਿਹੜੇ ਲੋਕ ਕਿਸਮਤ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਉਹਨਾਂ ਮੁਤਾਬਕ ਕਿਸਮਤ ਤੋਂ ਬਿਨਾਂ ਅਤੇ ਸਮੇਂ ਤੋਂ ਪਹਿਲਾਂ ਕੁਛ ਨਹੀਂ ਮਿਲਦਾ। ਆਪਾਂ ਬਹੁਤ ਇਹ ਕੀਤੇ ਨੇ, ਬਹੁਤ ਵਾਰੀ ਵਿਸ਼ਾ ਕੀਤਾ ਹੋਏਗਾ ਕਿ ਕਿਸਮਤ ਕੁਛ ਨਹੀਂ ਹੈਗੀ ਜੀ, ਕਿਸਮਤ ਸਾਨੂੰ ਆਪ ਬਣਾਉਣੀ ਪੈਂਦੀ ਹੈ। ਮੈਂ ਵੀ ਐਡੇ ਵੱਡੇ ਇੱਥੋਂ ਸ਼ੇਅਰ ਬੋਲਦਾ ਹੁੰਦਾ ਸੀ, ਮੈਂ ਤਾਂ ਯਕੀਨ ਕਰ ਆਪਣੇ ਹੱਥ ਕੀ ਲਕੀਰੋਂ, ਪਰ ਨਸੀਬ ਤੋਂ ਉਨਕੇ ਵੀ ਹੋਤੇ ਹੈ ਜਿਨਕੇ ਹੱਥ ਹੀ ਨਹੀਂ ਹੋਤੇ। ਮੈਂ ਵੀ ਚਲੋ ਇਹ ਗੱਲਾਂ ਬਾਤਾਂ ਕਰਦਾ ਹੁੰਦਾ ਸੀ। ਆਪਾਂ ਅਕਸਰ ਆਪਾਂ ਇਹ ਕੋਸ਼ਿਸ਼ ਕਰੀਦੀ ਹੈ ਕਿ ਕੋਈ ਵਹਿਮ ਭਰਮ ਜਾਂ ਕਿਸੇ ਤਰ੍ਹਾਂ ਦਾ ਕਿਸੇ ਦੇ ਦਿਮਾਗ ਦੇ ਵਿੱਚ ਨਾ ਪਵੇ, ਪਰ ਅਸੀਂ ਜਿਹੜੀ ਅੱਜ ਗੱਲ ਕਰਨੀ ਹੈ ਉਹ ਸਿੱਕੇ ਦਾ ਦੂਜਾ ਪਾਸਾ ਅਸੀਂ ਇਹ ਗੱਲ ਕਰਨੀ ਹੈ ਕਿ ਕਿਸਮਤ ਵਾਕਿਆ ਹੀ ਹੈਗੀ ਆ। ਇਹਦੇ ਆਲੇ ਦੁਆਲੇ ਅੱਜ ਦਾ ਵਿਸ਼ਾ ਰਹੇਗਾ ਕਿ ਕਿਸਮਤ ਕਿੱਥੇ ਤੁਹਾਨੂੰ ਕਦੇ ਲੱਗਿਆ ਹੋਵੇ ਵਾਕਿਆ ਕਿਸਮਤ ਨੇ ਸਾਥ ਦਿੱਤਾ ਜੀ। ਆ ਤਾਂ ਉਹ ਕਹਿੰਦੇ ਨਾ ਵੀ ਜਿੱਦਾਂ ਕਿਸਮਤ ਕਹਿੰਦੇ ਵੀ 1 ਘੰਟਾ 12 ਘੰਟਿਆਂ 'ਚ 1 ਘੰਟਾ ਕਹਿੰਦੇ ਤੁਹਾਡੇ ਨਾਲ ਖੜ੍ਹਦੀ ਕਿਸਮਤ ਅਤੇ ਬਾਕੀ 11 ਘੰਟੇ ਉਲਟ ਰਹਿੰਦੀ ਹੈ। ਹੁਣ ਇਹੀ ਬੰਦੇ ਨੇ ਲੱਭਣਾ ਵੀ ਕਿਹੜਾ ਘੰਟਾ ਵੀ ਸਾਨੂੰ ਕਿਸਮਤ ਮੇਰੇ ਨਾਲ ਤਾਂ ਮੈਂ ਹੁਣ ਕੋਈ ਚੱਜ ਦਾ ਕੰਮ ਕਰਾਂ। ਦੂਜਾ ਇਹ ਕਹਿੰਦੇ ਨੇ ਵੀ ਜੇ ਬੰਦੇ ਦੀ ਕਿਸਮਤ ਚੰਗੀ ਆ ਤਾਂ ਸਾਰਾ ਕੁਛ ਆਪੇ ਆਟੋਮੈਟਿਕਲੀ ਸਹੀ ਹੋਈ ਜਾਂਦਾ। ਕਿਸਮਤ ਮਾੜੀ ਆ ਇਹਦੇ 'ਚ ਕੋਈ ਸ਼ੱਕ ਨਹੀਂ, ਇਹਨੂੰ ਕਿਸਮਤ ਕਹਿ ਲਓ ਚਾਹੇ ਇਹਨੂੰ ਸਬੱਬ ਕਹਿ ਲਓ, ਵੀ ਜਦੋਂ ਕੁਛ ਚੰਗਾ ਹੁੰਦਾ ਹੁੰਦਾ ਤਾਂ ਆਟੋਮੈਟਿਕਲੀ ਨਾ ਸਾਡੇ ਬਣ ਜਾਂਦੇ ਨੇ ਸਬੱਬ ਵਧੀਆ, ਬੰਦੇ ਚੰਗੇ ਮਿਲਦੇ ਨੇ, ਗਾਂਹ ਦੀ ਗਾਂਹ ਚੇਂਜ ਹੀ ਬਣ ਜਾਂਦੀ ਹੈ। ਅਤੇ ਜੇ ਕਿਤੇ ਮਾੜਾ ਹੋਣਾ ਤਾਂ ਫਿਰ ਬੰਦੇ ਹੀ ਇਹੋ ਜਿਹੇ ਮਿਲਦੇ ਆ ਅਤੇ ਉਹ ਜਮ੍ਹਾਂ ਸੱਤਿਆਨਾਸ਼ ਹੋ ਜਾਂਦਾ। ਇਹਨੂੰ ਅਸੀਂ ਕਿਸਮਤ ਕਹਿ ਦਿੰਦੇ ਹਾਂ। ਵੈਸੇ ਇੱਕ ਦੂਜਾ ਲਫ਼ਜ਼ ਅਸੀਂ ਜੇ ਵਧੀਆ ਲਫ਼ਜ਼ ਇਹਨੂੰ ਕਹਿਣਾ ਹੋਵੇ ਤਾਂ ਕਿਸਮਤ ਨੂੰ ਅਸੀਂ ਜੇ ਬਾਹਲੇ ਲੋਕ ਕਹਿੰਦੇ ਨਹੀਂ ਕਿਸਮਤ ਕੀ ਹੁੰਦੀ ਹੈ ਅਤੇ ਉਹ ਕਹਿੰਦੇ ਨਾ ਵੀ ਵਾਹ ਵਾਹ ਕਿਸਮਤ ਦਿਆ ਬਲੀਆ ਰਿੱਧੀ ਖੀਰ 'ਤੇ ਬਣ ਗਿਆ ਦਲੀਆ, ਵੀ ਚੰਗੀ ਭਲੀ ਬੰਦਾ ਖੀਰ ਰਹਿੰਦਾ
ਜੋ ਦਲੀਆ ਬਣ ਜਾਂਦਾ ਤਾਂ ਕਈ ਵਾਰੀ ਕਿਸਮਤ ਚੰਗੀ ਹੋਵੇ ਤਾਂ ਦਲੀਏ ਤੋਂ ਜਿਹੜੀ ਖੀਰ ਵੀ ਬਣ ਜਾਂਦੀ ਹੈ। ਜਿਹੜੀ ਮੈਂ ਗੱਲ ਕਰਨ ਲੱਗਾ ਸੀ ਵੀ ਜਾਂ ਦੂਜਾ ਲਫ਼ਜ਼ ਜਿਹੜਾ ਅਸੀਂ ਵਧੀਆ ਇਹ ਕਹਿ ਸਕਦੇ ਕਿ ਜਿਹਦੀ ਰੱਬ ਨੇ ਬਾਂਹ ਫੜ ਲਈ, ਜਿਹਦੀ ਰੱਬ ਨੇ ਬਾਂਹ ਫੜ ਲਈ ਤਾਂ ਉਹਦਾ ਫਿਰ ਕੋਈ ਕਹਿੰਦੇ ਵਾਲ ਵਿੰਗਾ ਨਹੀਂ ਕਰ ਸਕਦਾ, ਉਹਨੂੰ ਫਿਰ ਕੋਈ ਕੁਛ ਨਹੀਂ ਹੁੰਦਾ, ਉਹਦੇ ਸਵਾਬ ਜਿਹੜੇ ਨੇ ਉਹ ਸਹੀ ਬਣਦੇ ਜਾਂਦੇ ਨੇ। ਸਾਡੇ ਇੱਕ ਕਲਾਕਾਰ ਦੀ ਪਤਨੀ ਹੈਗੀ ਹੈ, ਕਲਾਕਾਰ ਵਧੀਆ ਗਾਉਂਦਾ, ਵਧੀਆ ਬਹੁਤ ਵਧੀਆ ਗਾਉਂਦਾ, ਲੇਕਿਨ ਨਾਮ ਉਨਾ ਜ਼ਿਆਦਾ ਉਹਦਾ ਨਹੀਂ ਸੀ ਅਤੇ ਉਹਦੀ ਘਰਵਾਲੀ ਗੁਰਦਾਸ ਮਾਨ ਬਾਰੇ ਸਟੇਟਮੈਂਟ ਦੇ ਰੱਖੀ ਹੈ ਵੀ ਇਹ ਗੁਰਦਾਸ ਮਾਨ ਦੀ ਤਾਂ ਊਈਂ ਰੱਬ ਨੇ ਬਾਂਹ ਫੜ ਰੱਖੀ ਹੈ, ਗਾਉਣਾ ਗੁਣਾ ਨਹੀਂ ਆਉਂਦਾ, ਮੇਰੇ ਘਰ ਵਾਲੇ ਕੇ ਬਰਾਬਰ ਗਾ ਕੇ ਦਿਖਾਵੇ, ਕਹਿੰਦੀ ਫਿਰ ਮੰਨਾ ਮੈਂ ਉਹਨੂੰ। ਸੋ ਇੱਕ ਇਹ ਆ ਜਾਂਦਾ ਵੀ ਰੱਬ ਨੇ ਬਾਂਹ ਫੜੀ। ਅਸੀਂ ਬਹੁਤ ਸਾਰੀਆਂ ਚੀਜ਼ਾਂ ਇਹ ਦੇਖਦੇ ਹਾਂ, ਕਿਸਮਤ ਦੀ ਗੱਲ ਜੇ ਕਰੀਏ ਕਿਹਦੀ ਕਿਸਮਤ 'ਚ ਕੀ ਹੈ, ਜਾਂ ਫਿਰ ਇੱਕ ਮਨਹੂਸ ਲਫ਼ਜ਼ ਆ ਜਾਂਦਾ ਉਹ ਵੀ ਕਿਸਮਤ ਦੇ ਵਿੱਚ ਆ ਜਾਂਦਾ ਵੀ ਕਿਸਮਤ ਜਿਹਦੀ ਚੰਗੀ ਨਹੀਂ ਹੈ ਉਹਨੂੰ ਕੁਦਰਤੀ ਮਨਹੂਸ ਹੋ ਜਾਂਦਾ। ਕਈ ਵਿਚਾਰੇ 'ਤੇ ਲੈਵਲ ਹੀ ਲੱਗ ਜਾਂਦੇ ਜੀ, ਭਾਈ ਆਹ ਬੰਦਾ ਜੇ ਸਵੇਰੇ ਸਵੇਰੇ ਮੱਥੇ ਲੱਗ ਗਿਆ ਤਾਂ ਉਸ ਦਿਨ ਗਵਾਂਢੀਆਂ ਨੂੰ ਰੋਟੀ ਵੀ ਨਹੀਂ ਨਸੀਬ ਹੁੰਦੀ। ਔਰ ਇਹ ਗੱਲਾਂ ਕਈ ਵਾਰੀ ਬਹੁਤ ਚਾਹੇ ਨਾ ਵੀ ਹੋਣ ਅਤੇ ਉਹ ਢੁੱਕ ਜਾਂਦੀਆਂ ਨੇ, ਉਹ ਸੱਚ ਹੋ ਜਾਂਦੀਆਂ ਨੇ, ਉਹ ਸਾਡੇ ਦਿਮਾਗ ਦੇ ਵਿੱਚ ਬੈਠ ਜਾਂਦੀਆਂ ਨੇ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਜਿਹੜੇ ਅੰਧ ਵਿਸ਼ਵਾਸ ਨੇ ਉਹ ਤਾਂ ਹੀ ਬਣਦੇ ਨੇ, ਚਾਹੇ ਉਹ ਅੰਧ ਵਿਸ਼ਵਾਸ ਹੈਗੇ, ਚਾਹੇ ਸਾਡੇ ਲੋਕ ਵਿਸ਼ਵਾਸ ਅਸੀਂ ਕਹਿ ਲਈ ਤੁਹਾਨੂੰ, ਕਿ ਉਹ ਸਾਡੇ ਨਾਲ ਵਾਪਰਦਾ ਜਦੋਂ ਸਹੀ ਹੋ ਜਾਂਦਾ। ਮੈਂ ਨਹੀਂ ਸੀ ਪਹਿਲਾਂ ਵਿਸ਼ਵਾਸ ਕਰਦਾ ਵੀ ਬਿੱਲੀ ਰਾਹ ਕੱਟ ਗਈ ਕੱਟ ਗਈ, ਤਾਂ ਉਹ ਹਾਲਾਂਕਿ ਸੀਗੀ ਉਹ ਗਲਤੀ ਸਾਡੀ ਸੀ, ਮੇਰੀ ਗਲਤੀ ਸੀਗੀ। ਜਲੰਧਰ ਦੂਰਦਰਸ਼ਨ ਰਿਕਾਰਡਿੰਗ 'ਤੇ ਗਏ ਅਤੇ ਉਹ ਜਾ ਕੇ ਉਹ ਕਹਿੰਦੇ ਜੀ ਅੱਜ ਤਾਂ ਤੁਹਾਡੀ ਰਿਕਾਰਡਿੰਗ ਹੈ ਹੀ ਨਹੀਂ, ਤੁਹਾਨੂੰ 24 ਘੰਟੇ ਪਹਿਲਾਂ ਸਾਨੂੰ ਇਨਫੋਰਮ ਕਰਨਾ ਸੀ, ਗਲਤੀ ਤਾਂ ਇਸ ਵੀ ਇਨਫੋਰਮ ਨਹੀਂ ਕੀਤਾ। ਪਰ ਜਦੋਂ ਅਸੀਂ ਜਾ ਰਹੇ ਸੀਗੇ ਜੇ ਨਿਕਲੇ ਸੀਗੇ ਚੰਡੀਗੜ੍ਹ ਤੋਂ, ਮੋਹਰੇ ਇੱਕ ਬਿੱਲੀ ਰਾਹ ਕੱਟ ਗਈ ਅਤੇ ਉਦੋਂ ਮੱਥਾ ਜਿਹਾ ਤਾਂ ਠਣਕਿਆ ਸੀ, ਪਰ ਬਾਅਦ ਦੇ ਵਿੱਚ ਉਹ ਮੋਹਰ ਲੱਗ ਗਈ ਪੱਕਾ। ਪਰ ਆਪਾਂ ਗੱਲ ਕਰਦੇ ਹਾਂ ਕਿਸਮਤ ਦੀ। ਘਰ ਦੇ ਵਿੱਚ ਕੋਈ ਜੀ ਨਵਾਂ ਆਉਂਦਾ ਤਾਂ ਉਦੋਂ ਬੰਦੇ ਦੀ ਕਿਸਮਤ ਬਦਲ ਜਾਂਦੀ ਹੈ, ਕਿਸਮਤ ਬਦਲ ਜਾਂਦੀ ਹੈ ਜਾਂ ਬੰਦਾ ਕੰਮ ਕਰ ਲੱਗ ਜਾਂਦਾ। ਸੋ ਚੰਗੀ ਕਿਸਮਤ ਜਿਹੜੀ ਹੈ ਉਹ ਕਹਿੰਦੇ ਵੀ ਚੰਗੀ ਕਿਸਮਤ ਬੰਦੇ ਦੀ ਹੋਵੇ ਤਾਂ ਜੇ ਕਿਤੇ ਕਹਿੰਦੇ ਉਹਨੂੰ ਧੱਕਾ ਦੇ ਦਿਓ ਨਾ ਨਹਿਰ 'ਚ ਵੀ ਚੰਨੂ ਡੁੱਬ ਜੂਗਾ, ਵੀ ਧੱਕਾ ਦੇ ਦਿਓ ਮਰ ਜੂ ਇਹ ਚੰਗਾ ਹੋਊਗਾ, ਅਤੇ ਉਹ ਵੀ ਕਹਿੰਦੇ ਬਾਹਰ ਨਿਕਲਦਾ 4 ਮੱਛੀਆਂ ਹੱਥ 'ਚ ਫੜੀਆਂ ਹੁੰਦੀਆਂ ਉਹਦੇ। ਅਤੇ ਮਾੜੀ ਕਿਸਮਤ ਹੋਵੇ ਤਾਂ ਜੇ ਕਿਤੇ ਊਠ ਵੀ ਖੱਡੇ ਖੁੱਡੇ 'ਚ ਡਿੱਗਿਆ ਹੋਵੇ ਤਾਂ ਕਹਿੰਦੇ ਮਾੜੀ ਕਿਸਮਤ ਨੂੰ, ਤਾਂ ਫਿਰ ਉਹਨੂੰ ਕਹਿੰਦੇ ਡੱਡੂ ਵੀ ਲੰਘਦਾ ਵੜਦਾ ਉਹਦੇ ਠੁੱਡ ਮਾਰ ਜਾਂਦਾ। ਸੋ ਅਸੀਂ ਕਿਸਮਤ ਨੂੰ ਅੱਜ ਦੂਜਾ ਪੱਖ ਲੈਣਾ ਵੀ ਵਾਕਿਆ ਹੀ ਕਿਸਮਤ ਹੈ। ਤੁਹਾਨੂੰ ਕਦੇ ਲੱਗਿਆ ਹੋਵੇ ਵਾਕਿਆ ਹੀ ਕਿਸਮਤ ਹੈ ਅਤੇ ਸਾਡੇ ਕਿਸਮਤ ਨੇ ਹੀ ਸਾਥ ਦਿੱਤਾ, ਨਹੀਂ ਤਾਂ ਕੰਮ ਹੋਣਾ ਨਹੀਂ ਸੀ। ਇਹਨੂੰ ਕਿਸਮਤ ਨੂੰ ਅਸੀਂ ਜੇ ਅਸੀਂ ਥੋੜ੍ਹਾ ਜਿਹਾ ਵਧੀਆ ਸ਼ਬਦ ਮੈਂ ਜਿਵੇਂ ਕਹੇ ਆ ਕਿ ਰੱਬ ਨੇ ਬਾਂਹ ਫੜ ਲਈ ਵੀ ਰੱਬ ਨੇ ਬਾਂਹ ਫੜੀ ਅਤੇ ਸਾਡਾ ਸਾਰੇ ਕੰਮ ਸਹੀ ਹੋ ਗਏ। ਅਸੀਂ ਕਿਸਮਤ ਜਿਹੜੇ ਹੈਗੇ ਨੇ ਉਹ ਇੱਕ ਲਫ਼ਜ਼ ਆ ਜਾਂਦਾ ਜੀ, ਤੇਰੀ ਕਿਸਮਤ 'ਚ ਇਹ ਨਹੀਂ ਹੈ, ਤੇਰੀ ਕਿਸਮਤ 'ਚ ਉਹ ਨਹੀਂ ਹੈ, ਅਤੇ ਉਹ ਕਈ ਵਾਰੀ ਉਹ ਦੱਸਦੇ ਨੇ ਜਿਹੜੇ ਹੱਥ ਦੇਖਣ ਵਾਲੇ ਵੀ, ਤੇਰੀ ਕਿਸਮਤ ਦੇ ਵਿੱਚ ਆਹ ਹੈ, ਤੇਰੀ ਕਿਸਮਤ ਦੇ ਵਿੱਚ ਉਹ ਹੈ, ਆਹ ਉਪਾਅ ਕਰ ਲਏਗਾ ਤਾਂ ਤੂੰ ਤੇਰੀ ਕਿਸਮਤ ਦੇ ਵਿੱਚ ਆਹ ਵੀ ਚੀਜ਼ ਆ ਜੂਗੀ। ਮੈਂ ਗੱਲ ਅਸਲ 'ਚ ਇਹ ਕਰਨੀ ਸੀ ਜਿਹੜੀ, ਇੱਕ ਮੈਂ ਕਹਾਣੀ ਪੜ੍ਹ ਰਿਹਾ ਸੀ, ਲੀਓ ਤਾਲਸਤਾਏ ਹੋਏ ਨੇ ਰੂਸ ਦੇ ਇੱਕ ਲੇਖਕ, ਬਹੁਤ ਵਧੀਆ ਉਹਨਾਂ ਦਾ ਪੰਜਾਬੀ ਅਨੁਵਾਦ ਸੀ ਕਹਾਣੀ ਦਾ, ਕਿ ਬੰਦੇ ਨੂੰ ਕਿੰਨੀ ਜ਼ਮੀਨ ਚਾਹੀਦੀ। ਕਹਾਣੀ ਤਾਂ ਅਸਲ 'ਚ ਇਹ ਸੀ ਵੀ ਕੋਈ ਬੰਦਾ ਜ਼ਮੀਨ, ਕੋਈ ਉਹਦੇ ਤਾਨਾ ਸੁਣਿਆ ਉਹਨੇ, ਦੋ ਉਹਦੀਆਂ ਮਤਲਬ ਘਰਵਾਲੀ ਅਤੇ ਉਹਦੀ ਭੈਣ ਗੱਲਾਂ ਕਰਦੀਆਂ ਸੀਗੀਆਂ ਵੀ ਘਰਵਾਲੀ ਜਿਹੜੀ ਸੀ ਉਹਦੀ ਦੋ ਮਤਲਬ ਇੱਕ ਘਰ ਦੇ ਵਿੱਚ ਕੁੜੀਆਂ ਸੀ, ਦੋਹਾਂ ਦਾ ਵਿਆਹ ਹੋਇਆ, ਇੱਕ ਦਾ ਇੱਕ ਸਧਾਰਨ ਪੇਂਡੂ ਕਿਸਾਨ ਦੇ ਨਾਲ ਹੋ ਗਿਆ ਅਤੇ ਇੱਕ ਦਾ ਵਿਆਹ ਬਹੁਤ ਵੱਡੇ ਸ਼ਹਿਰ ਦੇ ਵਪਾਰੀ ਨਾਲ ਹੋ ਗਿਆ। ਔਰ ਸ਼ਹਿਰ ਦਾ ਵਪਾਰੀ ਉੱਪਰੋਂ ਵੱਡਾ, ਵੱਡੀਆਂ ਵੱਡੀਆਂ ਕਾਰਾਂ, ਬੜਾ ਕੁਛ ਹੋਇਆ, ਅਤੇ ਉਹ ਫਿਰ ਉਹ ਸਭ ਤੋਂ ਪਹਿਲਾਂ ਤਾਂ ਇਹ ਉਹਨੇ ਕੁੜੀ ਨੇ ਜਦੋਂ ਦੂਜੀ ਨੇ ਦੋਨੋਂ ਸੋਹਣੀਆਂ ਸੁਨੱਖੀਆਂ ਹੋਣਗੀਆਂ, ਪੁੱਛਿਆ ਆਪਦੇ ਪਿਓ ਨੂੰ ਵੀ ਮੈਂ ਭਾਈ ਤੁਸੀਂ ਮੈਨੂੰ ਇੱਥੇ ਵਿਆਹ ਤਾਂ ਉਹਨੂੰ ਉੱਥੇ ਵਿਆਹ, ਉਹ ਕਹਿੰਦਾ ਵੀ ਪੁੱਤ ਸਭ ਕਿਸਮਤ ਦੀਆਂ ਗੱਲਾਂ ਨੇ। ਚਲੋ ਵੱਡੀ ਜਿਹੜੀ ਸ਼ਹਿਰ ਵਾਲੀ ਸੀਗੀ ਉਹ ਆਈ ਹੋਈ ਜਦੋਂ, ਤਾਂ ਉਹਨੇ ਆ ਕੇ ਕਿਹਾ ਆਪਣੀ ਛੋਟੀ ਭੈਣ ਨੂੰ, ਕਿਤੇ ਰੋਟੀ ਟੁੱਕ ਤੋਂ ਵਿਹਲੇ ਹੋ ਕੇ ਤਾਂ ਗੱਲਾਂ ਗੁੱਲਾਂ ਲਾਪੀਆਂ ਕਰਨ, ਵੀ ਦੇਖ ਵੀ ਮੇਰੀ ਕਿਸਮਤ ਕਿੰਨੀ ਚੰਗੀ ਆ, ਅਸੀਂ ਤਾਂ ਗੱਡੀਆਂ ਝੂਟਦੇ, ਅਸੀਂ ਤਾਂ ਆਹ ਕਰਦੇ, ਅਸੀਂ ਤਾਂ ਉਹ ਕਰਦੇ, ਅਸੀਂ ਤਾਂ ਐਂ ਕਰਦੇ, ਅਸੀਂ ਉਹ ਕਰਦੇ, ਸੁੱਖ ਸਹੂਲਤਾਂ ਖਾਣਾ ਪੀਣਾ ਇੰਨਾ ਕੁਛ ਆ ਜਿਹਦਾ ਹਿਸਾਬ ਕੋਈ ਨਹੀਂ। ਅਤੇ ਹੁਣ ਇੱਕ ਵਾਰੀ ਜਿਹੜੀ ਹੈਗੀ ਆ ਉਹ ਪਿੰਡ ਵਾਲੀ ਆ ਉਹ ਵੀ ਹਿੱਲ ਗਈ, ਮੈਂ ਐਸਾ ਕੀ ਮਾੜਾ ਕੀਤਾ ਰੱਬ ਦਾ, ਮੈਨੂੰ ਦਿਨ ਰਾਤ ਜਿਉਂ ਸਵੇਰ ਤੋਂ ਸ਼ੁਰੂ ਹੁੰਦੀ ਗੋਹਾ ਕੜਾ ਕੂੜਾ ਕਰਨਾ, ਤਾਂ ਜਿਉਂ ਫਿਰ ਖੇਤਾਂ ਵਿੱਚ ਰੋਟੀ ਲੈ ਕੇ ਜਾ, ਰਾਤ ਨੂੰ ਆ ਕੇ ਸਾਰਾ ਦਿਨ ਪਿੰਡ ਦੇ ਵਿੱਚ ਭੂਤ ਨਹੀਂ ਭੁੱਲੀ ਰਹਿੰਦੀ ਵੀ ਕਿਸਮਤ ਹੀ ਹੈ। ਵੀ ਚਲੋ ਉਹਨੇ ਵੀ ਕਿਹਾ ਚਲੋ ਕਿਸਮਤ ਹੈਗੀ ਆ, ਤਾਂ ਉਹ ਵੱਡੀ ਤਾਂ ਬਥੇਰੀਆਂ ਲੂਤੀਆਂ ਲਾ ਲੂ ਕੇ ਚੱਲ ਗਈ ਵੀ ਸ਼ਾਇਦ ਭੜਕੂਗੀ ਤਾਂ ਆਪਦੇ ਘਰ ਵਾਲੇ ਨਾਲ ਲੜੂਗੀ, ਜੇ ਕਰੂਗੀ ਵੋ ਕਰੂਗੀ, ਪਰ ਉਹ ਸਿਆਣੀ ਸੀ ਤਾਂ ਉਹਨੇ ਕੋਈ ਐਸੀ ਗੱਲ ਨਹੀਂ ਕੀਤੀ, ਤਾਂ ਆਰਾਮ ਨਾਲ ਟਾਈਮ ਕੱਢਦੀ ਰਹੀ। ਅਤੇ ਪਰ ਕਿਸਮਤ ਦੀ ਜੇ ਗੱਲ ਕਰੀਏ ਉਲਟੀ ਉਲਟੀ ਕਿਸਮਤ ਇਹ ਹੋਈਗੀ, ਔਰ ਉਹਨੇ ਬਥੇਰਾ ਕਿਹਾ ਵੀ ਸਾਡੀ ਰੂਟੀਨ ਹੈਗੀ, ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ, ਸਾਡਾ ਕੋਈ ਕਰਜ਼ਾ ਨਹੀਂ ਹੈਗਾ, ਆਰਾਮ ਨਾਲ ਸੌਂਦੇ ਖਾਂਦੇ ਪੀਂਦੇ, ਅਸੀਂ ਨੇ
ਨਹੀਂ 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 ਕਹਿੰਦੀ ਇਹ ਤਾਂ ਨਹੀਂ, ਇਹ ਤਾਂ ਕਹਿੰਦੀ ਢਿੱਡ ਭਰਨ ਨੂੰ ਤਾਂ ਕਹਿੰਦੀ 4 ਵਾਰ ਵੀ ਭਰੇ ਜਾਂਦੇ ਆ, ਅਜੇ ਤਾਂ ਬਥੇਰੀ ਉਹਨੇ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ। ਅਬ ਮੁੜ ਕੇ ਕਿਸਮਤ ਦੀ ਗੱਲ ਫੇ ਆ ਗਈ, ਕਿਸਮਤ ਦੀ ਗੱਲ ਇਹ ਆ ਗਈ ਵੀ ਉਹਨਾਂ ਦੇ ਪ੍ਰੋਬਲਮ ਕੋਈ ਆ ਗਈ ਉਹਨੂੰ, ਜਿਹੜਾ ਸੀਗਾ ਸੇਠ ਸੀ ਵੱਡਾ ਉਹਦਾ ਕੁੜੀ ਦਾ ਜੀਜਾ ਜਾਂ ਉਹ ਦੂਜੀ ਦੇ ਘਰ ਵਾਲਾ, ਪ੍ਰੋਬਲਮ ਕੋਈ ਆ ਗਈ, ਮਾੜੀਆਂ ਆਦਤਾਂ ਪੈ ਗਈਆਂ, ਜੂਏ ਜਾਏ ਦੀਆਂ ਆਦਤਾਂ ਪੈ ਗਈਆਂ ਅਤੇ ਦਾਰੂ ਦੂਰੂ ਦੀ ਵਾਹਵਾ ਆਦਤ ਪੈ ਗਈ, ਤਾਂ ਮੁੜ ਕੇ ਉਹ ਉਹਨਾਂ ਦੀ ਹਾਲਤ ਵੀ ਉਹੋ ਜਿਹੀ ਹੋ ਗਈ। ਅਤੇ ਫਿਰ ਉਹ ਵੀ ਕਹਿੰਦੇ ਭਾਈ ਮੇਰੀ ਕਿਸਮਤ ਜਿਹੜੀ ਮੇਰੀ ਵੀ ਕਿਸਮਤ ਇੱਦਾਂ ਦੀ ਹੋਈ ਆ। ਸੋ ਕਿਸਮਤ ਹੈਗੀ ਹੈ, ਕਿਸਮਤ ਚੰਗੀ ਜਾਂ ਮਾੜੀ, ਮੈਂ ਅੱਜ ਇਹ ਸਵਾਲ ਤੁਹਾਡੇ ਅੱਗੇ ਰੱਖਿਆ ਵੀ ਕਿਸਮਤ ਹੈਗੀ ਆ, ਤੁਸੀਂ ਹੈਗੀ ਹੈ ਚੰਗੀ ਆ ਮਾੜੀ ਆ ਉਹ ਆਪਾਂ ਡਿਸਕਸ ਕਰਨਾ। ਕਿਸਮਤ ਕਿਸਮਤ ਕੁਛ ਨਹੀਂ ਹੁੰਦੀ ਹੈ, ਹੱਥਾਂ ਦੀਆਂ ਲਕੀਰਾਂ ਕੁਛ ਨਹੀਂ ਹੁੰਦੀ, ਉਹ ਸਭ ਛੱਡ ਦਈਏ। ਅੱਜ ਦੂਜਾ ਪੱਖ ਜਿਹੜਾ ਹੈਗਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਆ, ਅਤੇ ਬ੍ਰੇਕ ਤੋਂ ਬਾਅਦ ਬਕਾਇਦਾ ਫਿਰ ਤੁਹਾਡੀਆਂ ਕਾਲਾਂ ਜਿਹੜੀਆਂ ਉਹ ਲੈਣੀਆਂ ਸ਼ੁਰੂ ਕਰਾਂਗੇ। ਅਤੇ ਅੱਜ ਦਾ ਵਿਸ਼ਾ ਸਿੱਧਾ ਸਿੱਧਾ ਇੱਕ ਅੱਖਰ ਹੈਗਾ 4 ਅੱਖਰਾਂ ਦਾ, ਕਿਸਮਤ। ਕਿਸਮਤ ਦੀਆਂ ਗੱਲਾਂ ਬਹੁਤਾਂ ਇੰਨੀਆਂ ਕੁ ਸਾਡੇ ਜ਼ਿਹਨ ਦੇ ਵਿੱਚ ਆ ਜਾਣਗੀਆਂ ਜਦੋਂ ਅਸੀਂ ਫਲੈਸ਼ਬੈਕ ਦੇ ਵਿੱਚ ਜਾਵਾਂਗੇ, ਜਿਹਦਾ ਹਿਸਾਬ ਕੋਈ ਨਹੀਂ। ਅਤੇ ਬਹੁਤ ਜਗ੍ਹਾ ਫਿਰ ਲੱਗਦਾ ਵੀ ਵਾਕਿਆ ਹੀ ਮਿੱਤਰਾ ਕਿਸਮਤ ਸਾਥ ਦੇਗੀ, ਜਾਂ ਵਾਕਿਆ ਹੀ ਇਹ ਲੱਗੂਗਾ ਭਾਈ ਕਿਸਮਤ ਨੇ ਸਾਥ ਨਹੀਂ ਦਿੱਤਾ ਫਲਾਨੇ ਬੰਦੇ ਦਾ, ਬੜਾ ਉਹਨੇ ਤਾਂ ਜ਼ੋਰ ਲਾਇਆ, ਕਿਸਮਤ ਨੇ ਸਾਥ ਨਹੀਂ ਦਿੱਤਾ, ਤਾਂ ਗੱਲ ਨਹੀਂ ਬਣੀ। ਕਿ ਇਹੋ ਜਿਹੇ ਵਾਕਿਆ ਤੁਹਾਡੇ ਨਾਲ ਸਾਂਝੇ ਹੋਏ ਹੋਣ, ਵਾਪਰੇ ਵਰਤੇ ਹੋਣ, ਕਿਸੇ ਦੇ ਨਾਲ ਵਾਪਰੇ ਵਰਤੇ ਹੋਣ, ਆਂਢ ਗਵਾਂਢ ਕਿਸੇ ਰਿਸ਼ਤੇਦਾਰ ਦੇ ਵਿੱਚ, ਤਾਂ ਜ਼ਰੂਰ ਕਾਲ ਕਰਕੇ ਸਾਂਝੇ ਕਰਿਓ। ਸੋ ਇੱਕ ਕਿਸਮਤ ਦੇ ਆਲੇ ਦੁਆਲੇ ਅੱਜ ਦਾ ਵਿਸ਼ਾ ਰਹੇਗਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ। ਅਤੇ ਵੈਸੇ ਕਿਸਮਤ ਦੀ ਗੱਲ ਚੱਲ ਰਹੀ ਹੈ, ਅਤੇ ਕਿਸਮਤ ਇੱਥੇ ਬੈਠੇ ਇਹ ਵੀ ਇੱਕ ਚੰਗੀ ਕਿਸਮਤ ਹੈਗੀ ਆ, ਇੱਦਾਂ ਦੇ ਮੁਲਕਾਂ 'ਚ ਬੈਠੇ। ਵੈਸੇ ਤਾਂ ਦੁੱਖ ਵੀ ਹੁੰਦਾ ਜਦੋਂ ਪੰਜਾਬ ਛੱਡਦੇ, ਪਰ ਛੱਡਣਾ ਪੈਂਦਾ, ਉਹਦੇ 'ਚ ਕੁਛ ਨਹੀਂ ਕਰ ਸਕਦੇ। ਅਤੇ ਕਿਸਮਤ ਦੀ ਜੇ ਗੱਲ ਕਰੀਏ, ਤਾਂ ਜਦੋਂ ਕੋਈ ਇੱਧਰੋਂ ਜਹਾਜ਼ ਜਾਂਦਾ ਇੰਡੀਆ ਨੂੰ, ਤਾਂ ਬਹੁਤ ਸਾਰੇ ਲੋਕ ਜਿਹੜੇ ਬੜੀ ਦੇਰ ਹੋ ਗਈ ਇੰਡੀਆ ਗਿਆ ਨੂੰ, ਤਾਂ ਉਹ ਕਹਿੰਦੇ ਵੀ ਲੈ ਵੀ ਗਿਆ ਕੋਈ ਕਿਸਮਤ ਵਾਲਾ, ਵੀ ਆਪਣੇ ਵਤਨਾਂ ਨੂੰ ਗਿਆ ਵਾ। ਅਤੇ ਜਦੋਂ ਕੋਈ ਉੱਧਰ ਜਹਾਜ਼ ਪਿੰਡ ਵਿੱਚੋਂ ਲੰਘਦਾ, ਪਿੰਡ ਉੱਪਰ ਦੀ ਕੋਠੇ ਉੱਪਰ ਲੰਘਦਾ ਜਹਾਜ਼ ਬੰਦਾ ਦੇਖਦਾ, ਤਾਂ ਉੱਧਰ ਵੀ ਸਾਰਿਆਂ ਦੇ ਦਿਲ 'ਚ ਹਾਹ ਨਿਕਲਦੀ, ਹਾਏ ਹੋਏ ਇੱਕ ਗਿਆ ਕਿਸਮਤ ਵਾਲਾ ਬਾਹਰ, ਇੱਕ ਗਿਆ ਕਿਸਮਤ ਵਾਲਾ। ਹੁਣ ਇਹ ਅੱਜ ਤੱਕ ਨਹੀਂ ਸਮਝ ਆਈ ਵੀ ਦੋਵਾਂ 'ਚੋਂ ਕਿਸਮਤ ਵਾਲਾ ਹੈ ਕਿਹੜਾ। ਦਵਿੰਦਰ ਹੋਠੀ ਸਾਹਿਬ ਫੋਨ ਲਾਈਨ 'ਤੇ ਹੈਗੇ ਨੇ, ਇਹਨਾਂ ਨਾਲ ਥੋੜ੍ਹੀ ਦੇਰ ਗੱਲਬਾਤ ਕਰਦੇ ਹਾਂ, ਫਿਰ ਤੁਹਾਡੇ ਵੱਲ ਆਉਂਦੇ ਹਾਂ। ਹਾਂਜੀ ਹੋਠੀ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ, ਕੀ ਕਹਿੰਦੀ ਕਿਸਮਤ? ਸਤਿ ਸ਼੍ਰੀ ਅਕਾਲ ਭਾਜੀ, ਕਿਸਮਤ ਦਾ ਇੱਦਾਂ ਚੱਕਰ, ਜਿੱਦਾਂ ਹੁਣੇ ਹੁਣੇ ਤੁਸੀਂ ਗੱਲ ਕੀਤੀ ਆ ਵੀ ਆਪਾਂ ਇਹਨਾਂ ਮੁਲਕਾਂ 'ਚ ਬੈਠੇ ਹਾਂ ਨਾ, ਇਹ ਵਾਕਿਆ ਹੀ ਇੱਕ ਬਹੁਤ ਚੰਗੀ ਕਿਸਮਤ ਹੈ। ਪਰ ਤੁਸੀਂ ਦੇਖੋਗੇ ਬਹੁਤੇ ਲੋਕ ਇਹੋ ਜਿਹੇ ਵੀ ਆ ਕਈਆਂ ਮੁਲਕਾਂ ਦੇ ਜਿਹੜੇ ਇੰਡੀਆ 'ਚ ਜਾਣ ਨੂੰ ਆਪਣੀ ਚੰਗੀ ਕਿਸਮਤ ਸਮਝਦੇ ਆ, ਫਿਰ ਰੌਲੇ ਰੱਪੇ 'ਚ ਬਚ ਕੇ ਉੱਥੇ। ਪਰ ਕੁਛ ਇਹੋ ਜਿਹੇ ਲੋਕ ਵੀ ਹੋਣਗੇ ਜਿਹੜੇ ਉਹਨਾਂ ਮੁਲਕਾਂ 'ਚ ਜਾ ਕੇ ਵੀ ਆਪਣੀ ਕਿਸਮਤ, ਫਿਰ ਅੰਤ ਕੋਈ ਨਹੀਂ ਹੈ, ਅੰਤ ਕੋਈ ਨਹੀਂ ਹੈ। ਨਹੀਂ ਵੈਸੇ ਕਿਸਮਤ ਅਸੀਂ ਇਹ ਕਹਿ ਦਿੰਦੇ ਵੀ ਬੰਦੇ ਦਾ ਮਾੜਾ ਸਮਾਂ ਆਉਂਦਾ, ਉਦੋਂ ਕਿਸਮਤ ਮਾੜੀ ਹੈ, ਮਾੜਾ ਸਮਾਂ ਆਉਂਦਾ, ਇਹ 'ਚ ਕੋਈ ਸ਼ੱਕ ਨਹੀਂ। ਕਈ ਵਾਰ ਬੰਦਾ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਜਿੰਨਾ ਮਰਜ਼ੀ ਵਾਹ ਲਾ ਲਵੇ, ਕੰਮ ਸੂਤ ਆਉਂਦਾ ਹੀ ਨਹੀਂ ਹੈਗਾ। ਸੋ ਮੈਂ ਇਹ ਮੰਨਦਾ ਕਿ ਵਾਕਿਆ ਹੀ ਕਿਸਮਤ ਨਾਂ ਦੀ ਕੋਈ ਨਾ ਕੋਈ ਚਿੜੀਆ ਹੈ, ਜੋ ਇੱਧਰ ਸੇ ਉੱਧਰ ਉੱਡ ਜਾਏ ਤਾਂ ਕੁਛ ਹੋਰ ਹੋ ਜਾਂਦਾ ਹੈ, ਤਾਂ ਇੱਧਰ ਕੋ ਉੱਡ ਜਾਏ ਤਾਂ ਕੁਛ ਹੋਰ ਹੋ ਜਾਂਦਾ ਹੈ। ਦੇਖੋ ਬਿਲਕੁਲ ਸਹੀ ਹੈ, ਕਿਸਮਤ ਹੈ ਭਾਜੀ, ਅਸਲ ਦੇ ਵਿੱਚ ਨਾ ਤੁਸੀਂ ਬਹੁਤ ਵਾਰੀ ਚਾਂਸ ਦੇਖਿਆ ਹੋਊ, ਬੰਦਾ ਕਹਿੰਦਾ ਯਾਰ ਆਹ ਲਓ, ਜੇ ਮਾੜਾ ਜਿਹਾ ਇੱਦਾਂ ਹੋ ਜਾਂਦਾ ਤਾਂ ਅੱਜ ਗੇਮ ਖਤਮ ਸੀ, ਹਨਾ, ਤੇ ਕਿਸਮਤ ਫਾਸ ਦੇ ਗਈ, ਕਿਸਮਤ ਫਾਸ ਦੇ ਗਈ। ਅਸਲ 'ਚ ਉਹੀ ਕਿਸਮਤ ਹੈ, ਜੇ ਹੁਣ ਤੁਹਾਡੀ ਗੱਡੀ ਆ, ਵੀ ਤੁਹਾਡੀ ਗੱਡੀ ਰਾਹ 'ਚ ਕਿਤੇ ਖਰਾਬ ਹੋ ਗਈ ਵੱਲ ਨਾ, ਕਿਤੇ ਇਹੋ ਜਿਹਾ ਥਾਂ ਜੰਗਲ ਬੀਜ ਬੀਆਂ ਬੀਜ ਦਾ ਟਰੱਕਾਂ ਵਾਲੇ, ਉਹ ਜੇ ਤੁਹਾਨੂੰ ਕੋਈ ਨਾ ਕੋਈ ਉਦਾਂ ਦਾ ਜਿਗਾੜ ਲਾਤਿਆ ਵੀ ਤੁਸੀਂ ਜਿਗਾੜ ਕਰਕੇ ਉੱਥੋਂ ਨਿਕਲ ਗਏ, ਬੰਦਾ ਕਹਿੰਦਾ ਵੀ ਕਿਸਮਤ ਚੰਗੀ ਵੀ ਇੱਥੋਂ ਤਾਰ ਜੀ ਪਈ ਸੀ ਜਾਂ 2 ਮਰੂੜੀਆਂ ਦੇ ਦਿੱਤੀਆਂ ਪੈ ਪਾ ਕੇ ਮੈਂ ਤੁਰ ਪਿਆ, ਤੇ ਜੇ ਇਹ ਤਾਰ ਕੋਲ ਨਾ ਆਉਂਦੀ ਤਾਂ ਕਿਸਮਤ ਮਾੜੀ ਖੜ ਗਿਆ, 2 ਦਿਨ ਲੱਗ ਗਿਆ ਜੀ, ਹਨਾ, ਕਿਉਂਕਿ ਅਸੀਂ ਜੇ ਦੂਜਾ। ਹਾਂਜੀ ਹਾਂਜੀ ਹਾਂਜੀ, ਤੇ ਕਈ ਵਾਰੀ ਕੀ ਹੁੰਦਾ ਕਿਸਮਤ ਦੇ ਨਾਲ, ਕਈ ਵਾਰੀ ਆਪਾਂ ਆਪਣਾ ਜਿਹੜਾ ਆਲਸ ਆ, ਆਪਣਾ ਲੇਜੀਪਨ ਆ, ਉਹਨੂੰ ਆਪਾਂ ਧੱਕੇ ਨਾਲ ਕਿਸਮਤ ਨਾਲ ਜੋੜ ਲਈਦਾ। ਜੇਕਰ ਬੰਦਾ ਮਿਹਨਤ ਕਰਦਾ ਤੇ ਉਹਨੂੰ ਕਿਸਮਤ ਉਹਦੀ ਸਾਥ ਦਿੰਦੀ ਹੈ ਜਾਂ ਨਹੀਂ ਦਿੰਦੀ, ਉਹ ਇੱਕ ਅਲੱਗ ਚੀਜ਼ ਹੈ, ਹਨਾ। ਇੱਕ ਬੰਦਾ ਹੱਥ ਹੀ ਨਹੀਂ ਹਿਲਾਉਂਦਾ, ਉਹ ਕਹਿੰਦਾ ਮੇਰੀ ਤਾਂ ਕਿਸਮਤ ਮਾੜੀ, ਮੇਰਾ ਕੋਈ ਬਣਦਾ ਨਹੀਂ ਆ, ਉਹ ਚੀਜ਼ ਗਲਤ ਹੈ। ਅੱਛਾ, ਇਹ ਦੇਖੋ ਕਿਸਮਤ ਦੀ ਗੱਲ ਕਰੀਏ, ਹੁਣ ਜਿਹਦੀ ਕਿਸੇ ਦੀ ਲਾਟਰੀ ਨਿਕਲਦੀ ਹੈ, ਕਿਸੇ ਦੀ 1 ਕਰੋੜ ਦੀ, ਹੁਣ ਇੰਡੀਆ ਇੱਕ ਸਬਜ਼ੀ ਵੇਚਣ ਵਾਲਾ ਸੀ ਪਠਾਨਕੋਟ ਦਾ, ਉਹਦੀ ਨਿਕਲੀ ਹੈਗੀ ਜਿਹੜੀ 2 ਕਰੋੜ ਦੀ, ਕਿੰਨੇ ਦੀ ਲਾਟਰੀ ਉੱਥੇ ਨਿਕਲੀ ਹੈ, ਅਤੇ ਇਹ ਵੀ ਇੱਕ ਕਿਸਮਤ ਹੀ ਹੈ, ਇੱਕ ਮਤਲਬ ਚੰਗਾ ਸਵਾਬ ਬਣਨਾ ਹੁੰਦਾ, ਜਾਂ ਇਹ ਤਾਂ ਸਿੱਧੀ ਪਟੱਖ ਦੇਣੀ ਕਿਸਮਤ ਆ ਗਈ ਨਾ, ਇਹ ਤਾਂ ਕਿਸਮਤੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਨਾ, ਕਿੰਨੀ ਦੁਨੀਆ ਪਾਉਂਦੀ ਆ। ਆ ਮੈਂ ਕਈ ਵਾਰੀ ਪਾਈ ਆ, ਤੁਸੀਂ ਵੀ ਪਾਈ ਹੋਣੀ ਆ, ਇੱਕ ਵਾਰੀ ਮੈਂ ਵੀ ਜਦੋਂ ਪਹਿਲੀ ਵਾਰ ਲੈਟਰੀ ਪਾਈ ਨਾ, ਮੈਨੂੰ ਪਤਾ ਨਹੀਂ ਇੰਨਾ ਕੰਫੀਡੈਂਸ, ਮੈਂ ਜਿੱਦਣ ਰਿਜ਼ਲਟ ਆਇਆ ਮੈਂ ਡਰਦਾ ਡਰਦਾ ਆਪਣੀ ਟਾਈਮ ਚੱਕਰਾਂ ਵੀ ਮੇਰੀ ਨਿਕਲੀ ਪਈ ਆ, ਮੈਂ ਜਾਊਂਗਾ ਕਿੱਥੋਂ ਲੈਣ, ਪੈਸੇ ਕਿੱਥੋਂ ਲੈਣ ਜਾਣਾ, ਪਰ ਬਾਅਦ 'ਚ ਪਤਾ ਲੱਗਾ ਵੀ ਮੇਰੀ ਦੀ ਛੱਡ, ਉਹ ਪੂਰੀ ਅਮੈਰੀਕਾ 'ਚ ਕਿਸੇ ਦੀ ਵੀ ਨਿਕਲੀ, ਪੂਰੇ ਕੈਲੀਫੋਰਨੀਆ 'ਚ।
ਅੱਛਾ ਡਬਲ ਹੋ ਗਈ ਸੀ। ਅੱਛਾ, ਇਸ ਪੱਖੋਂ ਜਿੰਮੀ ਬੜਾ ਕਿਸਮਤ ਵਾਲਾ ਹੈ। ਜਿੰਮੀ ਨੇ ਜਦੋਂ ਪਿਛਲੀ ਵਾਰ ਇੰਡੀਆ ਜਾਣਾ ਸੀ ਨਾ, ਪਿਛਲੀ ਵਾਰ ਹਾਇਦ ਕੀ ਨਹੀਂ, ਪਿਛਲੀ ਵਾਰ ਇਹਨੇ ਲਾਟਰੀ ਪਾਈ ਅਤੇ ਇਹਨੂੰ $3,000 ਮਤਲਬ ਦੋ ਤਿੰਨਾਂ ਦਿਨਾਂ 'ਚ ਪੰਜ ਛੇ ਸੌ ਕਰਕੇ ਅਤੇ $3,000 ਨਿਕਲਿਆ ਅਤੇ ਇਹਦਾ ਪੂਰੇ ਦਾ ਪੂਰਾ ਇੰਡੀਆ ਦਾ ਖਰਚਾ ਨਿਕਲ ਗਿਆ। ਹੁਣ ਕੱਲ੍ਹ ਛੇ ਸੌ ਡਾਲਰ ਦੀ ਕੱਲ੍ਹ ਨਿਕਲੀ ਹੈ। ਹੁਣ ਮੈਨੂੰ ਇੰਨਾ ਨਹੀਂ ਸਮਝ ਆਉਂਦੀ ਵੀ ਇੰਨੇ ਪੈਸੇ ਕਰਦਾ ਕੀ, ਚੱਬਦਾ ਪੈਸੇ ਇਹ। ਮੈਨੂੰ ਮੈਨੂੰ ਲੱਗਦਾ ਜਿਵੇਂ ਭਾਈ ਬੱਚੇ ਰਹੇ ਲੱਗਦੇ ਉਹਨਾਂ ਨਾਲ ਜਿਹੜੀ ਰੋਜ਼ ਨਿਕਲਦੀ ਹੈ। ਹਾਂ ਨਹੀਂ, ਇਹ ਦੇਖੋ ਇਹ ਵੀ ਕਿਸਮਤ ਹੈ ਜਾਂ ਕੋਈ ਹਿਸਾਬ ਹੋਊਗਾ ਪਾਉਣ ਦਾ। ਚਲੋ ਆਪਾਂ ਕਿਸਮਤ ਬਾਰੇ ਕੀ ਗੱਲਬਾਤ ਕਰਦੇ, ਤੁਹਾਨੂੰ ਪਹਿਲਾਂ ਤਾਂ ਇਹ ਸਵਾਲ ਜਿਹੜਾ ਸਾਡੇ ਦਰਸ਼ਕਾਂ ਵਾਸਤੇ ਵੀ ਹੋਏਗਾ ਕਿ ਕਦੇ ਹੋ ਲੱਗਿਆ ਇੱਦਾਂ ਚੰਗੀ ਜਾਂ ਮਾੜੀ ਕਿਸਮਤ? ਰੋਜ਼ ਹੀ ਇੱਕ ਅੱਧੀ ਵਾਰ ਲੱਗ ਜਾਂਦਾ, ਕਦੇ ਆਈ ਕੀ ਗੱਲ ਆ। ਹੁਣ ਜੇ ਉਹ ਬੰਦਾ ਗੱਲ ਤੇ ਦੱਸੇ ਤਾਂ ਕੁਛ ਖੁੱਲ ਕੇ ਵੀ ਜੇ ਕੁਛ ਮਤਲਬ ਕਿ ਪਤਾ ਹੋਵੇ ਹਨਾ। ਨਿੱਕੀਆਂ ਗੱਲਾਂ ਤੋਂ ਤੁਹਾਨੂੰ ਕਈ ਵਾਰੀ ਇਹ ਮਹਿਸੂਸ ਹੁੰਦਾ ਤੇ ਭਾਈ ਜੇ ਏਦਾਂ ਨਾ ਹੁੰਦੀ ਤੇ ਅੱਜ ਏਦਾਂ ਹੋ ਜਾਣਾ ਸੀ, ਜੇ ਏਦਾਂ ਨਾ ਹੁੰਦੀ ਤੇ ਏਦਾਂ ਹੋ ਜਾਣਾ ਸੀ ਨਾ। ਤੇ ਬਿਲਕੁਲ ਇਹ ਮਤਲਬ ਕਿ ਮੇਰਾ ਪਰਸਨਲੀ, ਮੈਂ ਨੀ ਕਿਸੇ ਨੂੰ ਵਹਿਮ ਚ ਨੀ ਪਾਉਣਾ ਚਾਹੁੰਦਾ, ਪਰ ਪਰਸਨਲੀ ਮੈਨੂੰ ਇਹ ਲੱਗਦਾ ਕਿ ਏਦਾਂ ਦਾ ਕੁਛ ਨਾ ਕੁਛ ਹੈ ਵੀ। ਪਰ ਕਈ ਵਾਰੀ ਨਹੀਂ ਨਹੀਂ ਭਾਈ, ਅਸੀਂ ਕਈ ਵਾਰੀ ਕੁਛ ਮਾੜਾ ਹੁੰਦਾ ਸਾਡੇ ਨਾਲ ਉਹ ਵੀ ਚੰਗੇ ਵਾਸਤੇ ਹੁੰਦਾ, ਇਹ ਵੀ ਗੱਲ ਨਾਲ। ਹੁਣ ਗੱਲਾਂ ਸਾਰੀਆਂ ਬਰੋਬਰ ਹੈਗੀਆਂ ਤਾਂ ਆਪਾਂ ਤਾਂ ਸਿੱਧਾ ਸਿੱਧਾ ਰੱਖਣਾ ਵੀ ਕਦੇ ਜ਼ਿੰਦਗੀ 'ਚ ਲੱਗਿਆ ਹੋਵੇ ਵੀ ਆਹ ਬਾਈ ਵਾਹ ਜੀ ਵਾਹ ਬੜੀ ਚੰਗੀ ਕਿਸਮਤ ਸੀ ਮੇਰਾ ਆਹ ਕੰਮ ਹੋ ਗਿਆ, ਅਤੇ ਕਦੇ ਲੱਗਿਆ ਹੋਵੇ ਯਾਰ ਆਹ ਮਾੜੀ ਕਿਸਮਤ ਨੂੰ ਆਹ ਕੰਮ ਮੇਰਾ ਨਹੀਂ ਹੋਇਆ। ਚਲੋ ਆਪਾਂ ਬਾਹਲੇ ਲੰਬੇ ਚੱਕਰੇ ਨਹੀਂ ਪੈਂਦੇ। ਹਾਂਜੀ ਕਵਿਤਾ ਦੇਖੋ, ਜਿਹੜਾ ਕਵਿਤਾ ਦੇ ਵਿੱਚ ਵੀ ਇੱਦਾਂ ਹੀ ਆ ਵੀ ਜਿੱਦਾਂ ਕਿਸਮਤ ਹੁੰਦੀ ਵੱਡੇ ਲੋਕਾਂ ਦੀ, ਹੈਂ ਮਾੜੇ ਬੰਦੇ ਦੀ ਕਾਹਦੀ ਕਿਸਮਤ, ਮਾੜੇ ਬੰਦੇ ਦੀ ਕਾਹਦੀ ਕਿਸਮਤ। ਇਹਦਾ ਚੁਗਲ ਮੇਲਾ ਆ, ਦੋ ਤਿੰਨ ਸ਼ੇਰ ਆ ਸ਼ੁਰੂ ਉੱਥੋਂ ਕਰਦੇ ਜਿਹੜਾ ਤੁਸੀਂ ਬੋਲ ਕੇ ਹਟੇ, ਕਹਿੰਦਾ ਵਾਹ ਕਰਮਾਂ ਦੇ ਵਰਿਆ ਰਿੱਧੀ ਖੀਰਤ ਬਣ ਗਿਆ ਦਰਿਆ, ਬੋਲੋ ਤਾਰਾ ਦਾਦਾ। ਜੀ ਜੀ ਯਾਦ ਆ ਮੈਨੂੰ। ਹਾਂਜੀ ਕਹਿੰਦਾ ਜਿਹਦੇ ਉੱਤੇ ਕਿਸਮਤ ਕਹਿੰਦੇ ਕਰਦਾ ਹੈ ਆਪਣੀ ਮਿਹਰ, ਜਿਸ ਬੰਦੇ ਤੇ ਕਿਸਮਤ ਕਹਿੰਦੇ ਕਰਦਾ ਹੈ ਆਪਣੀ ਮਿਹਰ, ਤੇ 2020 ਵਿੱਚ ਲੱਗਦਾ ਮੈਨੂੰ ਟਰੰਪ ਜਿੱਤੂਗਾ ਫੇਰ ਤੇ ਬੋਲੋ ਤਾਰਾ ਦਾਦਾ। ਕਹਿੰਦਾ ਜੇ ਫੋਕੇ ਤੇ ਮਿਹਰ ਹੋ ਜਾਵੇ ਤੇ ਬੱਦਲ ਲੱਗ ਪੈਣ ਨੱਚਣ, ਜਿੱਥੇ ਫੋਕਾ ਪਿਆ ਹੋਵੇ ਨਾ ਫੋਕਾ ਪਿਆ ਹੋਵੇ, ਜੇ ਉਸ ਏਰੀਏ ਤੇ ਵੀ ਕਿਸਮਤ ਦੀ ਮਿਹਰ ਹੋ ਜਾਏ ਤੇ ਉੱਥੇ ਵੀ ਮੀਂਹ ਪੈ ਜਾਂਦੇ ਆ। ਸ਼ੇਰ ਆ ਕਹਿੰਦਾ ਜੇ ਫੋਕੇ ਤੇ ਮਿਹਰ ਹੋ ਜਾਵੇ ਬੱਦਲ ਲੱਗ ਪੈਣ ਨੱਚਣ, ਜੇ ਫੋਕੇ ਤੇ ਮਿਹਰ ਹੋ ਜਾਵੇ ਬੱਦਲ ਲੱਗ ਪੈਣ ਨੱਚਣ, ਝਟਪਟ ਉੱਥੇ ਨੀਲਾ ਪਹੁੰਚੇ ਤੇ ਚੱਕਦਾ ਜਾ ਕੇ ਚੱਪਣ ਬੋਲੋ ਤਾਰਾ ਦਾਦਾ। ਨੀਲਾ ਪਹੁੰਚ ਜਾਂਦਾ ਫੱਟ ਹੈ। ਕਹਿੰਦੇ ਮੁੜ ਕੇ ਹਰਾ ਨੀ ਹੁੰਦਾ ਜਿਹਨੂੰ ਕਿਸਮਤ ਚੱਟੇ, ਕਹਿੰਦੇ ਮੁੜ ਕੇ ਹਰਾ ਨੀ ਹੁੰਦਾ ਜਿਹਨੂੰ ਕਿਸਮਤ ਚੱਟੇ, ਅਕਾਲੀ ਅੱਜ ਕੱਲ ਏਦਾਂ ਖਿਲਰੇ ਜਿਉਂਦੇ ਰੀ ਵਿੱਚ ਪੱਤੇ ਬੋਲੋ ਤਾਰਾ ਦਾਦਾ। ਕਹਿੰਦਾ ਦੋਵਾਂ ਦੀ ਕਿਸਮਤ ਇੱਕੋ ਜਿਹੀ, ਕਾਂਗਰਸ ਹੋਣ ਜਾਂ ਅਕਾਲੀ, ਪੰਜਾਬ ਇਹੋ ਜਿਹਾ ਸੂਬਾ ਜਿਹਦਾ ਰਹਿ ਖਜ਼ਾਨਾ ਖਾਲੀ, ਬੋਲੋ ਤਾਰਾ ਦਾਦਾ। ਕਹਿੰਦਾ ਲੱਗਦਾ ਕਿਸਮਤ ਚੰਗੀ ਸੀ ਅਸੀਂ ਤਾਹੀਓ ਗਏ ਨਾ ਹੁੰਝੇ, ਇਹ ਵੀ ਪੰਜਤਹਾਲ ਦੀ ਘੜੀ ਲੱਗ ਗਿਆ ਇੱਥੇ ਖੁੰਝੇ, ਬੋਲੋ ਤਾਰਾ ਦਾਦਾ। ਕਹਿੰਦਾ ਜੇਕਰ ਕਿਸਮਤ ਸਿੱਧੀ ਹੋਵੇ ਤਾਂ ਸਭ ਕੁਛ ਸਿੱਧਾ ਹੋ ਲੈ, ਜੇਕਰ ਕਿਸਮਤ ਸਿੱਧੀ ਹੋਵੇ ਤਾਂ ਸਭ ਕੁਛ ਸਿੱਧਾ ਹੋ ਲੈ, ਫਿਰ ਹੋਠੀ ਵਰਗਾ ਬੰਦਾ ਵੀ ਕਹਿੰਦਾ ਇੰਟਰਨੈਸ਼ਨਲ ਟੀਵੀ ਤੇ ਬੋਲੇ, ਬੋਲੋ ਤਾਰਾ ਦਾਦਾ। ਤੇ ਜੇਕਰ ਕਿਸਮਤ ਚੰਗੀ ਹੋਊ, ਅੱਜ ਮੈਂ ਥੋੜਾ ਲੇਟ ਚੱਲ ਰਿਹਾ, ਜੇਕਰ ਕਿਸਮਤ ਚੰਗੀ ਹੋਊ ਤਾਂ ਮੂਹਰੇ ਖੁੱਲਾ ਮਿਲ ਜੂ ਗੇਟ, ਹੁਣ ਮੈਨੂੰ ਇੱਥੇ ਛੁੱਟੀ ਦੇ ਦੇ ਤੂੰ ਯਾਰ ਹੋਣੀ ਅੱਜ ਲੇਟ ਤੇ ਬੋਲੋ ਤਾਰਾ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਜੀ, ਲੋਡ ਲੈ ਕੇ ਖੜੇ ਨੇ ਹੋਠੀ ਸਾਹਿਬ ਕਿਤੇ ਔਰ ਤੇ ਉੱਥੋਂ ਕਰ ਰਹੇ ਨੇ ਆਪਣੀ ਵੇਟ। ਪਰ ਕਿਸਮਤ ਦੀ ਅਸੀਂ ਜੇ ਗੱਲ ਕਰੀਏ, ਛੋਟੀਆਂ ਮੋਟੀਆਂ ਚੀਜ਼ਾਂ ਨੂੰ ਜੇ ਛੱਡ ਦਈਏ ਤਾਂ ਬਹੁਤ ਵੱਡੇ ਵੱਡੇ ਕੰਮਾਂ ਦੇ ਵਿੱਚ ਵਾਕਿਆ ਹੀ ਕਿਤੇ ਨਾ ਕਿਤੇ ਕਿਸਮਤ ਦਾ ਯੋਗਦਾਨ ਅਸੀਂ ਕਹਿ ਸਕਦੇ ਹਾਂ, ਚਾਹੇ ਉਹ ਪੋਲੀਟੀਕਲੀ ਗੱਲ ਕਰ ਲਈਏ, ਚਾਹੇ ਅਸੀਂ ਕਰ ਲਈਏ ਆਪਣੀ ਪਰਸਨਲ ਗੱਲ ਕਰ ਲਈਏ। ਔਰ ਜਦੋਂ ਕਿਸੇ ਡਰਾਅ ਸਿਸਟਮ, ਆਮ ਤੌਰ 'ਤੇ ਅੱਜ ਕੱਲ੍ਹ ਇਹ ਹੋ ਗਿਆ ਡਰਾਅ ਸਿਸਟਮ ਜ਼ਿਆਦਾ ਹੋ ਗਿਆ, ਜੇ ਡਰਾਅ ਦੇ ਵਿੱਚੋਂ ਕੁਛ ਨਿਕਲਦਾ, ਚਾਹੇ ਉਹ ਜੋਬ ਹੈ, ਚਾਹੇ ਕੋਈ ਕੰਮ ਹੈ, ਕਾਰ ਹੈ, ਚਾਹੇ ਲੋਟਰੀ ਹੈ, ਤਾਂ ਉਹ ਇਹਦਾ ਮਤਲਬ ਕਿ ਕਿਸਮਤ ਜਿਹੜੀ ਹੈਗੀ ਆ, ਕਿਸਮਤ ਚੰਗੀ ਹੈਗੀ ਆ। ਇਸ ਕਰਕੇ ਕਿਸਮਤ ਦਾ ਯੋਗਦਾਨ ਜਿਹਨੂੰ ਅਸੀਂ ਬੇਸ਼ੱਕ, ਮੈਂ ਵੀ ਇਹ ਪੜ੍ਹੀ ਹੈਗੀ ਬੁੱਕ ਜਿਹੜੀ ਹੱਥ ਦੀ ਲਕੀਰ ਵਾਲੀ, ਮੈਂ ਬੁੱਕ ਪੜ੍ਹੀ ਹੈ, ਮੈਨੂੰ ਸ਼ੌਕ ਸੀਗਾ ਪੜ੍ਹ ਕੇ, ਅਤੇ ਮੈਂ ਇਹ ਹਿਸਾਬ ਲਾਇਆ ਸੀਗਾ ਤਕਰੀਬਨ ਇੱਕ ਕੈਲਕੂਲੇਸ਼ਨ ਹੈ, ਇਹ ਕੋਈ ਸ਼ਕਤੀ ਜਾਂ ਕੋਈ ਤਾਕਤ ਜਾਂ ਕੋਈ ਪਾਵਰ ਉੱਪਰਲੀ ਕੋਈ ਉਹ ਨਹੀਂ ਹੈ ਕਿ ਬੰਦੇ ਨੂੰ ਐਂ ਕਰਨ ਦਾ ਜਿਉਂ ਕਰਨ ਦਾ। ਇੱਕ ਇਹ ਹੈਗਾ ਕਿ ਕੈਲਕੂਲੇਸ਼ਨ ਜ਼ਰੂਰ ਹੈਗੀ ਆ, ਹੋ ਸਕਦਾ ਜਿਨ੍ਹਾਂ ਨੇ ਵੀ ਇਹ ਬਣਾਈ ਆ ਹੱਥ ਦੀਆਂ ਲਕੀਰਾਂ ਤੋਂ ਕਰਕੇ, ਜਾਂ ਆਪਾਂ ਮੱਥੇ ਦੀਆਂ ਵੀ ਕਹਿ ਦਿੰਦੇ ਲਕੀਰਾਂ, ਮੈਨੂੰ ਬੜੀ ਵਧੀਆ ਗੱਲ ਦੱਸੀ ਕਿਸੇ ਨੇ, ਮੇਰੇ ਖਾਸ ਮਿੱਤਰ ਨੇ, ਉਹਦੀ ਜੋ ਪ੍ਰੋਪਰਟੀ ਵਗੈਰਾ ਸੀ ਸਾਰੀ ਖੋਹ ਲਈ ਕਿ ਕਿਸਮ ਦੀ ਘਰਦਿਆਂ ਨੇ ਪ੍ਰੋਪਰਟੀ, ਕੋਠੀ ਕੁਠੀ ਜਿਹੜੀ ਸੀ ਨਾਮ ਕਰਵਾ ਲਈ, ਜ਼ਮੀਨ ਜ਼ਮੂਨ ਸੀਗੀ ਉਹ ਵੀ ਖੋਹ ਲਈ ਉਹਦੇ ਕੋਲ, ਅਤੇ ਉਹ ਜਦੋਂ ਅਪਸੈਟ ਜਿਹਾ ਰਹਿਣ ਲੱਗ ਪਿਆ,
ਉਹਨੂੰ ਫਿਰ ਕਿਸੇ ਸਿਆਣੇ ਨੇ ਇੱਕ ਗੱਲ ਕਹੀ ਅਤੇ ਉਦੋਂ ਬਾਅਦ ਉਹ ਬਿਲਕੁਲ ਨੋਰਮਲ ਹੋ ਗਿਆ। ਇੱਕ ਗੱਲ ਕਹੀ ਕਿਸੇ ਸਿਆਣੇ ਬੰਦੇ ਨੇ, ਗੱਲ ਕਿਹੜੀ ਸੀ? ਉਹ ਕਹਿੰਦਾ ਮੇਰਾ ਸਭ ਕੁਛ ਖੋਹ ਕੇ ਲੈ ਗਏ। ਉਹ ਕਹਿੰਦਾ ਵੀ ਹੱਥਾਂ 'ਚੋਂ ਖੋਹ ਕੇ ਲਿਜਾ ਸਕਦਾ ਕੋਈ ਬੰਦਾ? ਹੱਥਾਂ ਦੀਆਂ ਨਹੀਂ ਖੋਹ ਸਕਦਾ ਕੋਈ, ਹੱਥਾਂ ਦੀਆਂ ਲਕੀਰਾਂ ਨਹੀਂ ਖੋਹ ਸਕਦਾ। ਤੇਰੀਆਂ ਹਜੇ ਹੱਥਾਂ ਦੇ ਵਿੱਚੋਂ ਖੋਹ ਕੇ ਲੈ ਗਏ, ਕੋਈ ਗੱਲ ਨਹੀਂ, ਮੱਥੇ ਦੀਆਂ ਕੋਈ ਨਹੀਂ ਖੋਹ ਸਕਦਾ, ਹੱਥਾਂ ਦੀਆਂ ਕੋਈ ਨਹੀਂ ਖੋਹ ਸਕਦਾ। ਸੋ ਮੁੜ ਕੇ ਹੋਇਆ ਕੀ ਕਰ ਕਰਾ ਕੇ, ਤੋ ਛੇਤੀ ਬੰਦਾ ਫੇਰ ਵੱਲ ਹੋ ਗਿਆ, ਪੈਰਾਂ 'ਤੇ ਹੋ ਗਿਆ। ਤਾਂ ਉਹਨੂੰ ਵਾਕਿਆ ਲੱਗੇ ਵੀ ਇਹ ਗੱਲ ਕਿ ਮੱਥੇ ਦੀਆਂ ਜਾਂ ਹੱਥਾਂ ਦੀਆਂ ਕੋਈ ਨਹੀਂ ਖੋਹ ਸਕਦਾ, ਹੱਥਾਂ ਦੇ ਵਿੱਚੋਂ ਕੋਈ ਖੋਹ ਸਕਦਾ, ਤੁਹਾਡੇ ਸਭ ਕੁਛ ਹੈਗਾ। ਸੋ ਇਹ ਸਿਆਣੇ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ, ਜਾਂ ਸਾਡੇ ਪੁਰਾਣੇ ਲੋਕ ਵਿਸ਼ਵਾਸ ਇਹੋ ਜਿਹੇ ਬਣੇ ਨੇ ਕਿਸਮਤ ਦੇ ਨਾਲ ਰਿਲੇਟਡ ਕਿ ਕਿਸਮਤ ਇੱਦਾਂ, ਕਿਸਮਤ ਉੱਦਾਂ, ਕਿਸਮਤ ਔਰ ਇਹ ਵੀ ਅਸੀਂ ਵੈਸੇ ਮੰਨਿਆ ਜਾਵੇ ਜੇ ਪਿੰਡਾਂ ਦੇ ਵਿੱਚੋਂ ਅਸੀਂ ਸਾਰੇ ਆਏ ਹਾਂ। ਅਤੇ ਉਹ ਵੀ ਇੱਕ ਬੰਦਾ ਤਾਂ ਉੱਥੇ ਦਿਨ ਰਾਤ ਖੇਤੀਬਾੜੀ ਕਰਦਾ, ਜਿਵੇਂ ਆਪਾਂ ਵਿਸ਼ਾ ਕਰਿਆ ਸੀਗਾ, ਦਿਨ ਰਾਤ ਮਿਹਨਤ ਕਰਦਾ, ਬਹੁਤ ਬੁਰਾ ਹਾਲ ਜਿਵੇਂ ਕਿਸਾਨਾਂ ਦੀ ਗੱਲ ਕਰ ਲਈਏ, ਇੱਕ ਬੰਦੇ ਦੀ ਚੰਗੀ ਕਿਸਮਤ ਇੱਧਰ ਆ ਗਿਆ, ਕੋਈ ਪੈਸਾ ਪੂਸਾ ਚੰਗਾ ਹੋ ਗਿਆ, ਇਹ ਵੀ ਅਸੀਂ ਕਿਸਮਤ ਦੀ ਨਾਲ ਜੋੜ ਸਕਦੇ ਹੈਗੇ ਹਾਂ। ਕਾਲਾਂ ਮੈਂ ਲੈਣੀਆਂ ਸ਼ੁਰੂ ਕਰਨ ਲੱਗਾ ਸੀ, ਪਰ ਮੈਂ ਹੁਣ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਵਾਲੇ ਪਾਸੇ ਆਊਂਗਾ। ਤੁਸੀਂ ਜਦ ਤੱਕ ਨੰਬਰ ਡਾਇਲ ਕਰ ਲਓ ਸਕਰੀਨ 'ਤੇ ਆ ਰਿਹਾ ਹੋਏਗਾ, ਅਤੇ ਉਦੋਂ ਬਾਅਦ ਫਿਰ ਆਪਾਂ ਕਰਾਂਗੇ ਜੀ ਕਿਸਮਤ ਦੀਆਂ ਗੱਲਾਂ, ਕਿਸਮਤ ਦੇ ਨਾਲ। ਅਤੇ ਕਿਸਮਤ ਦੇ ਨਾਲ ਹੀ ਆਪਾਂ ਅੱਜ ਤੁਹਾਡੇ ਨਾਲ ਜਿਹੜੇ ਹੁਣ 5-6 ਸਾਲ ਤੋਂ ਜਸ ਪੰਜਾਬੀ 'ਤੇ ਕਰ ਰਹੇ ਹਾਂ, ਵੀ ਚੰਗੀ ਕਿਸਮਤ ਹੈ। ਮੈਂ ਆਪਣੀ ਚੰਗੀ ਕਿਸਮਤ, ਕਿਸਮਤ ਦਾ ਜ਼ਿਕਰ ਮੈਂ ਤਾਂ ਕੀਤਾ, ਮੈਂ ਆਪਣੀ ਚੰਗੀ ਕਿਸਮਤ ਬਹੁਤ ਸਮਝਦਾ ਕਿ ਜਿਹੜਾ ਮੇਰਾ ਫੀਲਡ ਸੀ ਜਾਂ ਮੇਰਾ ਪਰਿਵਾਰ ਪਿਛੋਕੜ ਹੈਗਾ ਉਹਦੇ ਹਿਸਾਬ ਨਾਲ, ਤਾਂ ਮੈਂ ਇਹ ਚੀਜ਼ ਜਮ੍ਹਾਂ ਡਿਜ਼ਰਵ ਨਹੀਂ ਕਰਦਾ ਕਿ ਮੇਰਾ ਭਗਵੰਤ ਮਾਨ ਦੇ ਨਾਲ ਸਵੱਬ ਬਣਿਆ, ਅਤੇ ਉਦੋਂ ਬਾਅਦ ਉਸੇ ਸਵੱਬ ਦਾ ਕਰਕੇ ਅੱਜ ਇੱਥੇ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਿਹਾ। ਇਹ ਇੱਕ ਬਹੁਤ ਵੱਡੀ ਕਿਸਮਤ ਜਿਹੜੀ ਹੈਗੀ ਉਹਦਾ ਯੋਗਦਾਨ ਹੋ ਸਕਦਾ। ਫਿਲਹਾਲ ਵੇਖ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਕਰਾਂਗੇ ਗੱਲਾਂ ਬਾਤਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਗੱਲਬਾਤ ਕਿਸਮਤ ਦੀ ਚੱਲਦੀ ਹੈ, ਅਤੇ ਮੈਂ ਆਪਣੀ ਗੱਲ ਦੱਸ ਚੁੱਕਾ ਅਤੇ ਮੇਰੀ ਕਿਸਮਤ ਚੰਗੀ ਹੈ ਕਿ ਰੱਬ ਨੇ ਬਾਂਹ ਫੜੀ। ਮੇਰਾ ਕੋਈ ਲੈਣ ਦੇਣ ਇਸ ਫੀਲਡ ਦੇ ਨਾਲ ਨਹੀਂ ਸੀਗਾ, ਕੁਦਰਤੀ ਸਵੱਬ ਬਣਿਆ ਡਰਾਮਿਆਂ ਦਾ, ਇਹ ਵੀ ਕੁਦਰਤੀ ਕਹਿ ਲਓ, ਕਿਸਮਤ ਚੰਗੀ ਨੂੰ ਡਰਾਮੇ ਦਾ ਸਵੱਬ ਬਣਿਆ, ਜਿਵੇਂ ਮੈਂ ਪਹਿਲਾਂ ਕਈ ਵਾਰੀ ਜ਼ਿਕਰ ਕੀਤਾ। ਉਦੋਂ ਬਾਅਦ ਭਗਵੰਤ ਮਾਨ ਦਾ ਸਵੱਬ ਬਣਿਆ। ਉਹ ਚੀਜ਼ ਜਿਹੜੀ 1986 ਦੇ ਵਿੱਚ ਸ਼ੁਰੂ ਹੋਈ ਸੀ, ਜਦੋਂ ਮੈਂ ਚੰਡੀਗੜ੍ਹ ਆਇਆ ਇੰਡੀਆ ਉੱਥੋਂ, ਪੰਜਾਬ ਤੋਂ, 86 ਦੇ ਵਿੱਚ ਸ਼ੁਰੂ ਹੋਈ ਸੀ। ਉਦੋਂ ਕਦੇ ਯਾਦ ਚਿੱਤ ਵੀ ਨਹੀਂ ਸੀਗਾ ਵੀ ਇਹ ਚੀਜ਼ ਕਦੇ ਕੰਮ ਆਊਗੀ। ਉਦੋਂ ਮੇਰੀ ਜਿਹੜੇ ਡਰਾਮਿਆਂ ਦੀਆਂ ਕਟੀਆਂ ਪਈਆਂ ਸੀਗੀਆਂ, ਬੜਾ ਚਾਅ ਹੁੰਦਾ ਸੀ ਸਾਂਭ ਕੇ ਰੱਖਣ ਦਾ, ਅਖਬਾਰ ਦੇ ਵਿੱਚ ਆਈ ਹੈ, ਫੋਟੋ ਆਈ ਹੈ, ਤਾਂ ਉਹਦਾ ਯਾਦ ਚਿੱਤ ਵੀ ਨਹੀਂ ਸੀ। ਇਹ ਇੱਥੇ ਅਮੈਰੀਕਾ ਜਦੋਂ ਆਉਣਾ ਤਾਂ ਉਦੋਂ ਕੰਮ ਆਉਣਗੀਆਂ। ਸੋ ਇਹ ਇੱਕ ਮੈਂ ਕਿਸਮਤ ਨੂੰ ਬਹੁਤ ਮੰਨਦਾ ਆਪਣੇ ਮਾਮਲੇ ਵਿੱਚ। ਤੁਹਾਡਾ ਕੀ ਵਿਚਾਰ ਹੈ? ਕਾਲਾਂ ਲੈਂਦੇ ਹਾਂ, ਜਾਣਦੇ ਤੁਹਾਡੇ ਵਿਚਾਰ ਜੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਰਦਾਰ ਗਿਆਨ ਸਿੰਘ ਜੀ, ਕੀ ਵਿਚਾਰ ਨੇ ਜੀ? ਹਾਂ ਠੀਕ ਹੈ ਜੀ। ਹਾਂਜੀ ਹਾਂਜੀ, ਜਿਹੜੀ ਗੱਲ ਆਪਾਂ ਕਿਸਮਤ ਦੀ ਚੱਲਦੇ ਹਾਂ ਕਰਦੇ ਹਾਂ, ਕਿਸਮਤ ਕਰਮ ਇੱਕੋ ਹੀ ਚੀਜ਼ ਦਾ ਨਾਂ ਹੈ ਜੀ। ਇਹ ਹਰ ਇਨਸਾਨ ਦਾ ਜਨਮ ਹੁੰਦਾ ਕਰਮ ਲਿਖਾ ਗਈ ਆ। ਪਰਮਾਤਮਾ ਹਮੇਸ਼ਾ ਜਨਮ ਉੱਥੇ ਉਹਦਾ ਕਰਦਾ ਜਿੱਦਾਂ ਜੋ ਕੁਛ ਹੁਣ ਪਿੱਛੇ ਬੀਜਿਆ ਗਾ ਵੱਢਣਾ ਆ। ਜੇ ਤਾਂ ਪਿੱਛੇ ਚੰਗੇ ਆਪਾਂ ਕਰਮ ਹੁਣ ਕਰ ਗਏ ਹਾਂ, ਚੰਗੇ ਨੇਕੀ ਦੇ ਕੰਮ ਕਰ ਗਏ, ਤਾਂ ਸਾਨੂੰ ਅਮੀਰ ਦੇ ਘਰ ਪੈਦਾ ਕਰ ਦਊਗਾ, ਸਮਝਾ ਕੇ ਲਓ ਜੀ ਕਿਸਮਤ ਜਾਗ ਪਈ। ਅਤੇ ਜੇ ਮਾੜੇ ਕਰਮ ਕਰਾਂਗੇ ਅਸੀਂ ਤਾਂ ਪਰਮਾਤਮਾ ਉਸ ਘਰ ਜਨਮ ਕਰੂਗਾ ਜਿਸ ਘਰ 'ਚ ਕੁਛ ਵੀ ਨਹੀਂ ਹੈ। ਆਪਾਂ ਇਹ ਇਹ ਇਸ ਚੀਜ਼ ਨੂੰ ਚਲੋ ਆਪਾਂ ਜਨਮ ਦੀ ਜੇ ਨਾ ਗੱਲ ਕਰੀਏ, ਆਪਾਂ ਆਪਣੀ ਜ਼ਿੰਦਗੀ ਜਿਹੜੀ ਤੁਸੀਂ ਜਿੰਨੀ ਬਤੀਤ ਕੀਤੀ ਜਾਂ ਮੈਂ ਜਿੰਨੀ ਬਤੀਤ ਕੀਤੀ, ਮੈਂ ਆਪਣੀ ਗੱਲ ਦੱਸਤੀ ਵੀ ਮੈਨੂੰ ਮੈਂ ਮਕੈਨਿਕ ਹੀ ਕਰਦਾ ਸੀ, ਕਦੇ ਸੋਚਿਆ ਵੀ ਨਹੀਂ ਸੀਗਾ ਕਦੇ ਇੱਦਾਂ TV 'ਤੇ ਬੈਠੇ ਹੋਵਾਂਗੇ ਜਾਂ ਦੁਨੀਆਂ 'ਚ ਘੁੰਮਾਂਗੇ। ਇਹ ਮੈਨੂੰ ਸਮਝਦਾ ਵੀ ਮੇਰੀ ਕਿਸਮਤ ਕੋਈ ਪਰਮਾਤਮਾ? ਨਹੀਂ 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 ਨਹੀਂ, ਇਹ ਇਹ ਕੋਈ ਵੀ ਨਹੀਂ ਸੋਚ ਸਕਦਾ। ਹਾਂਜੀ ਤੁਸੀਂ, ਮੈਂ ਮਿਸਾਲ ਮੈਂ ਵੀ ਦੇ ਸਕਦਾ ਹਾਂ ਕਿ ਮੇਰਾ ਘਰ ਨਹੀਂ ਸੀ, ਬਾਰ ਨਹੀਂ ਸੀ, ਸਿਰ ਤੇ ਬਾਪ ਨਹੀਂ ਸੀ, ਭਰਾ ਨਹੀਂ ਸੀ, ਨਾਨਕਿਆਂ ਦੇ ਪਿੰਡ ਪਲਿਆ, ਕਿ ਨਿੱਕੇ ਪੈਸਾ ਸਾਡੇ ਕੋਲ ਨਹੀਂ ਸੀਗਾ ਤੇ ਕਰੋੜਾਂ ਦੇ ਪਹੁੰਚ ਗਿਆ, ਤੇ ਮੈਂ ਵੀ ਤਾਂ ਗੱਲ ਕਹਿ ਹੀ ਸਕਦਾ, ਪਰ ਮੈਂ ਫੇਰ ਵੀ ਮੰਨਦਾ ਕਿ ਪਰਮਾਤਮਾ ਦੀ ਕਿਰਪਾ ਹੀ ਹੈ, ਮੈਂ ਫੇਰ ਵੀ ਮੰਨਦਾ। ਜੇ ਕੋਈ ਬੰਦਾ ਕਵੇ ਨਾ, ਹਾਂ ਜੇ ਕੋਈ ਖਬਰ ਆ ਵੀ ਮੈਂ ਕਿਸਮਤ ਬਣਾ ਲਈ, ਮੈਂ ਨਹੀਂ ਬਣਾਈ, ਉਹ ਪਰਮਾਤਮਾ ਨੇ ਬਣਾਈ ਆ ਤੁਹਾਡੀ, ਤੁਹਾਡਾ ਗਾਹ ਤੋਂ ਗਾਹ, ਗਾਹ ਤੋਂ ਗਾਹ ਸੰਬੰਧ ਸੰਯੋਗ ਹੀ ਐਸਾ ਬਣਦਾ ਗਿਆ ਕਿ ਤਰੱਕੀਆਂ ਕਰੀ ਗਿਆ ਕਰੀ ਗਿਆ ਕਰੀ ਗਿਆ। ਬਿਲਕੁਲ, ਬੜੇ ਬੜੇ ਖਾਨਦਾਨ ਮੈਂ ਰੁੜਦੇ ਦੇਖੇ ਆ, ਜਿਹਨਾਂ ਕੋਲ ਕਰੋੜਾਂ ਦੀਆਂ ਜਾਇਦਾਦਾਂ ਮਗਰੋਂ ਮੰਗਦੇ ਦੇਖੇ ਆ ਮੈਂ, ਉਹ ਵੀ ਮੈਂ ਦੇਖੇ ਹੈਗੇ ਆ। ਇਹ ਸਭ ਪਰਮਾਤਮਾ ਦਾ ਖੇਡ ਹੈ, ਕਿਸਮਤ ਬਦਲ ਨਹੀਂ ਸਕਦਾ ਕੋਈ ਵੀ, ਇਹ ਵੀ ਗੱਲ ਮੈਂ ਮੰਨਦਾ। ਜੋਤਸ਼ੀ ਜਿਵੇਂ ਕਹਿ ਦਿੰਦੇ ਜੀ ਤੂੰ ਆਹ ਕਰ ਲਾ ਕਰ ਲਾ,
ਉਹਨਾਂ ਮੈਂ ਬਹੁਤਾ ਸਹਿਮਤ ਨਹੀਂ ਗਾ। ਜਿਹੜੇ ਤੁਹਾਡੇ ਕਰਮ ਹੈ ਤੁਸੀਂ ਉਹੀ ਭੋਗਣੇ ਆ। ਹਾਂ ਇਹ ਜ਼ਰੂਰ ਆ ਵੀ ਹੁਣ ਤੁਸੀਂ ਚੰਗੇ ਕਰਮ ਕਰੋਗੇ, ਖੇਤੀ ਬੀਜੋਗੇ, ਸੰਭਾਲੋਗੇ, ਉਹਦਾ ਫਲ ਤੁਹਾਨੂੰ ਚੰਗਾ ਮਿਲੂਗਾ ਜਿਹੜੇ ਹੁਣ ਹੁਣ ਕਰਮ ਕਰ ਲਓਗੇ। ਤੇ ਜੇ ਤੁਸੀਂ ਜਿੱਦਾਂ ਕਹਿੰਦੇ ਨਾ ਵੀ ਤਪੋ ਰਾਜ ਤੇ ਰਾਜੋ ਨਰਕ ਹੋ ਜਾਂਦਾ, ਠੀਕ ਨਹੀਂ। ਇੱਕ ਬੰਦਾ ਇੱਕ ਇਨਸਾਨ ਇਸਲੇ ਤਪ ਕਰਦਾ ਹੈ ਜ਼ਿੰਦਗੀ ਮਹਾਰਾਜ ਦੀ ਨਾਲ ਲੜ ਲੱਗਾ ਆ, ਚੰਗੇ ਕੰਮ ਕਰਦਾ ਸਾਰੇ, ਤੇ ਉਹ ਅਗਲੇ ਜਨਮ ਚ ਉਹਦੇ ਕੋਲ ਬਹੁਤ ਕੁਛ ਆ ਗਿਆ ਤੇ ਉਹ ਫਿਰ ਉਲਟੇ ਕੰਮ ਚ ਵੀ ਪੈ ਸਕਦਾ ਆ ਤੇ ਉਹ ਫਿਰ ਰਾਜੋ ਨਰਕ ਵੀ ਬਣ ਜਾਂਦਾ। ਇਹ ਵੀ ਦੇਖਿਆ, ਇਹ ਵੀ ਦੇਖਿਆ ਮੈਂ ਜੀ। ਇਹ ਸਾਰਾ ਇਹ ਸਭ ਕੁਛ ਪਰਮਾਤਮਾ ਦੇ ਹੱਥ ਹੈ, ਸਾਡੇ ਹੱਥ ਕੁਛ ਵੀ ਨੀਗਾ। ਕੋਈ ਕਹੇ ਮੈਂ ਕਰਤਾ, ਮੈਂ ਉਹਨਾਂ ਸਹਿਮਤ ਨੀ ਹੈਗਾ। ਇਹ ਜੋ ਕਰਦਾ ਉੱਪਰ ਵਾਲੇ ਕਰਦਾ ਜੀ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਮਨਜੀਤ ਸਿੰਘ ਜੀ, ਕੀ ਵਿਚਾਰ ਨੇ ਜੀ ਕਿਸਮਤ ਬਾਰੇ? ਕਿਸਮਤ ਤੋਂ ਇੱਕ ਤਾਂ ਉਹ ਬੰਦੇ ਨੇ ਨਾ ਜੀ ਮੇਰੇ ਵਰਗੇ ਜਿਹਨਾਂ ਨੇ ਕੰਮ ਆਪ ਨਹੀਂ ਕਰਨਾ ਤੇ ਉਹਨੂੰ ਥੋਪ ਦੇਣਾ ਕਿਸਮਤ ਤੇ। ਇੱਕ ਬੰਦਾ ਕਹਿੰਦਾ ਜੇ ਮੈਂ ਕੱਪੜਿਆਂ ਦਾ ਕੰਮ ਸ਼ੁਰੂ ਕਰਨਾ, ਕਹਿੰਦਾ ਮੇਰੀ ਕਿਸਮਤ ਇੰਨੀ ਮਾੜੀ ਆ ਲੋਕਾਂ ਨੇ ਮਰਨੋਂ ਹਟ ਜਾਣਾ। ਨਹੀਂ ਚਲੋ ਇਹ ਵੀ ਹੈਗਾ, ਚਲੋ ਮੈਂ ਇਹ ਥੋੜੀ ਜਿਹਾ ਬੜੀ ਤਾਂ ਕਰਦਾ, ਮੈਂ ਮੇਰਾ ਐਕਸਪੀਰੀਅੰਸ ਕਾਫੀ ਹੋ ਚੁੱਕਾ ਜੀ, ਜ਼ਰੂਰ ਸਾਂਝਾ ਕਰੋ ਜ਼ਿੰਦਗੀ ਦਾ ਵੀ। ਹਾਂਜੀ ਕਿਤਾ ਹੁਣ ਸਾਡੇ ਨਾਲ ਬੰਦੇ ਆਏ ਆ ਵਿਚਾਰੇ, ਹਲੇ ਕਈ ਜਾਂਦੇ ਹਜੇ ਤੱਕ ਵੀ ਪੇਪਰ ਨਹੀਂ ਬਣੇ। ਇਹ ਵੀ ਅਸੀਂ ਦੇਖੋ ਸੇਮ ਕੈਟਾਗਰੀ ਦੇ ਕਿਸਮਤ ਦੀ, ਉਹ ਵਿਚਾਰੇ ਇੰਡੀਆ ਜਾਣ ਨੂੰ ਧੱਸਦੇ ਆ ਰਾਈਟ। ਸਾਡੇ ਹੁਣ ਚਾਰ ਚਾਰ ਵਾਰੀ ਅਮੈਰੀਕਨ ਪਾਸਪੋਰਟ ਬਦਲ ਚੁੱਕੇ ਆ। ਕੀ ਗੱਲ, ਉਹਨਾਂ ਨੇ ਕੀ ਕਹਿਣਾ ਕਿ ਪਹਿਲੇ ਤੋਂ ਬਾਅਦ ਬੰਦੇ ਉਹਨਾਂ ਨੇ ਕਹਾ ਰਿਸ਼ਤੇਦਾਰ ਆਏ, ਉਹਨਾਂ ਨੇ ਪੰਜ ਛੇ ਛੇ ਮਹੀਨੇ ਗ੍ਰੀਨ ਕਾਰਡ ਬਣ ਗਏ, ਉਹ ਬਾਅਦ ਚ ਇੰਡੀਆ ਵੀ ਜਾਣ ਲੱਗ ਪਿਆ। ਉਹ ਵਿਚਾਰੇ ਪੁਰਾਣੇ ਜਿਹੜੇ ਆ ਉਹ ਉੱਥੇ ਰਲਦੇ ਫਿਰਦੇ ਆ। ਬਹੁਤ ਬਹੁਤ ਕੇਸ ਨੇ ਜੀ ਐਸੇ, ਬਹੁਤ ਜਿਹੜੇ ਤੀਹ ਤੀਹ ਪੈਂਤੀ ਪੈਂਤੀ ਸਾਲ ਹੋ ਗਏ ਵਿਚਾਰੇ ਜਾ ਨਹੀਂ ਸਕੇ। ਹਾਂਜੀ ਹਾਂਜੀ ਇਹ ਹੈ ਨਾ ਕੁਦਰਤੀ ਆਪਾਂ ਨਾ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹੈਲੋ ਹੈਲੋ ਸਤਿ ਸ੍ਰੀ ਅਕਾਲ ਜੱਗੀ ਸਾਹਿਬ, ਗੁਰਦੀਪ ਸੁੰਦਰ ਬੋਲਦਾ ਜੀ। ਹਾਂਜੀ ਗੁਰਦੀਪ ਸੁੰਦਰ ਬੋਲ ਰਿਹਾ ਜੀ। ਹਾਂਜੀ ਹਾਂਜੀ ਸੁੰਦਰ ਸਾਹਿਬ, ਕੀ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨੇ? ਵਿਚਾਰ ਇਹ ਹੈ ਜੀ ਕਿ ਜ਼ਿੰਦਗੀ ਕਿਸਮਤ ਨਾਲ ਚੱਲਦੀ ਹੈ, ਜੇ ਦਿਮਾਗ ਨਾਲ ਚੱਲਦੀ ਹੁੰਦੀ ਤਾਂ ਬੀਰਬਲ ਬਾਦਸ਼ਾਹ ਹੁੰਦਾ। ਕਿਆ ਬਾਤ ਹੈ। ਲੋਕ ਕਹਿੰਦੇ ਆ ਪੈਸਾ ਰੱਖੋ ਬੁਰੇ ਵਕਤ ਕੰਮ ਆਵੇਗਾ, ਮੈਂ ਕਹਿੰਦਾ ਆ ਈਸ਼ਵਰ ਉੱਪਰ ਯਕੀਨ ਰੱਖੋ ਬੁਰਾ ਵਕਤ ਆਵੇਗਾ ਹੀ ਨਹੀਂ। ਹਾਂ ਬਾਕੀ ਇੱਕ ਗੱਲ ਥੋੜੀ ਐਡ ਕਰਦਾ ਆਖਰੀ ਗੱਲ ਕਿ ਹਾਂ ਕਿਸਮਤ ਹੈਗੀ ਆ, ਪਰ ਕਈ ਵਾਰੀ ਇੱਦਾਂ ਇਨਸਾਨ ਸੋਚ ਲੈਂਦਾ ਮੇਰੀ ਕਿਸਮਤ 'ਚ ਨਹੀਂ, ਉਹ ਮਿਹਨਤ ਨਹੀਂ ਕਰਦਾ। ਕੀ ਪਤਾ ਕਿਸਮਤ ਦੇ ਵਿੱਚ ਇਹ ਲਿਖਿਆ ਹੋਵੇ ਕਿ ਜੇ ਤੂੰ ਬੰਦਾ ਮਿਹਨਤ ਕਰੇਗਾ ਤਾਂ ਮੈਂ ਤੇਰੇ ਕੋਲ ਜ਼ਰੂਰ ਆਵਾਂਗੀ, ਇਹ ਨਹੀਂ ਲਿਖਿਆ ਹੋ ਕਿਸਮਤ 'ਚ। ਇਸ ਕਰਕੇ ਮਿਹਨਤ ਕਰਨਾ ਇਨਸਾਨ ਦਾ ਫਰਜ਼ ਹੈ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਮੇਰੇ ਵੀ ਇੱਕ ਗੱਲ ਯਾਦ ਆਈ ਸੀ, ਚਲੋ ਮੈਂ ਬਾਅਦ 'ਚ ਕਰਦਾ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੁੰਦਰ ਸਿੰਘ ਜੀ, ਹਾਂਜੀ ਕਿੱਦਾਂ ਜੀ, ਠੀਕ ਹੋ? ਹਾਂ ਠੀਕ ਹੈ, ਕਿਰਪਾ ਪਰਮਾਤਮਾ ਵਾਹਿਗੁਰੂ ਜੀ, ਕਿਸਮਤ ਵਧੀਆ। ਟਰੱਕ ਚਲਾਉਂਦੇ ਇੰਡੀਆ ਦੇ ਵਿੱਚ ਤਾਂ ਜ਼ਰੂਰ ਕਈ ਵਾਰੀ ਲੱਗਿਆ ਹੋਊਗਾ ਵੀ ਲਾਵੇ ਕਿਸਮਤ ਚੰਗੀ ਸੀ ਬਚ ਗਏ। ਆਹੋ ਜੀ ਕਿਸਮਤ ਚੰਗੀ ਆ ਬਚ ਗਿਆ ਟਰੱਕ ਦਾ, ਇੰਡੀਆ 'ਚ ਟਰੱਕਾਂ ਦੇ ਮਰਦੇ ਮੁਰਦੇ ਘੱਟ ਆ, ਪਤਾ ਨਹੀਂ ਕੋਈ ਰੱਬ ਦੀ ਦਿੱਤੀ ਆਈ ਆ। ਬਹੁਤ ਬੜਬੜੇ ਬੜਬੜੇ ਐਕਸੀਡੈਂਟ ਦੇਖੇ, ਸਾਡਾ ਵੀ ਬਹੁਤ ਭਾਰਾ ਐਕਸੀਡੈਂਟ ਹੋਇਆ ਸੀ। ਟਰੱਕ ਉੱਚਾ ਹੁੰਦਾ ਨਾ, ਇੱਦਾਂ ਦੇ ਐਕਸੀਡੈਂਟ ਵੀ ਇੱਥੇ ਵੀ, ਗੱਡੀਆਂ ਫੱਟੀ ਫੱਟੀ ਹੋ ਗਈਆਂ, ਬੰਦੇ ਫਿਰ ਬਚਦੇ ਰਹੇ, ਪਤਾ ਨਹੀਂ ਕੋਈ ਪਰਮਾਤਮਾ ਦੀ ਕਿਰਪਾ ਆ ਜੀ। ਤੇ ਦੂਜਾ ਜਿਹੜੀ ਜ਼ਿੰਦਗੀ ਉਹ ਛੱਡੀ ਹੋਈ ਇੱਕ ਸ਼ਬਦ ਆ ਮਹਾਰਾਜ ਦਾ, ਰਾਜ ਇਹ ਤਾਂ ਕਿਆ ਵਡਿਆਈ ਭੀਸ ਮਗਰ ਨੇ ਤਾਂ ਕਿਆ ਘੱਟ ਜਾਈ, ਇਹਦੇ ਤੇ ਚੱਲਦੇ ਆ, ਬਾਕੀ ਪਰਮਾਤਮਾ ਦੇ ਭਰੋਸਾ ਆ। ਹੁਣ ਇਹਨੂੰ ਕਿਸਮਤ ਕਹਿ ਲਓ ਜਾਂ ਤੁਸੀਂ ਕੁਛ ਕਹਿ ਲਓ, ਤੇ 20 ਸਾਲ ਹੋ ਗਏ ਮੇਰੇ ਘਰ ਆਈ, 2 ਸਾਲ ਦੀ ਬੱਚੀ ਛੱਡ ਕੇ ਚਲੇ ਗਈ ਸੀ, ਨਿਆਣੇ ਵਧੀਆ ਪਲ ਗਏ, ਵਧੀਆ ਪੜ੍ਹੇ ਆ, ਬਹੁਤ ਸੋਹਣੀਆਂ ਜੋਬਾਂ ਕਰਦੇ ਆ, ਘਰ ਬਾਰ ਮਿਲਿਆ, ਇੱਛਾ ਕਰਦੇ ਆ, ਕੋਈ ਕੰਮ ਨੀ ਕੀਤਾ, ਕੋਈ ਕਾਰ ਨੀ ਮਿਲੀ, ਕਦੇ ਹੁੰਦੀ ਕਿਸਮਤ ਲਾ ਲਓ ਜਾਂ ਕੁਛ ਲੈ ਲਓ ਜੀ। ਨਹੀਂ ਜਿਹੜੀ ਤੁਸੀਂ ਇੱਕ ਹੁਣ ਗੱਲ ਕੀਤੀ ਹੈ ਵਾਈਫ ਦੀ ਡੈਥ ਦੀ, ਇਹ ਵੀ ਹੁਣ ਦੇਖੋ ਕਿਸਮਤ ਹੀ ਹੈ ਜੀ। ਕੋਈ 10 ਸਾਲ ਦੀ ਉਮਰ 'ਤੇ ਚਲ ਜਾਂਦਾ, ਕੋਈ 100 ਸਾਲ ਤੱਕ ਜਾਂਦਾ, ਕੋਈ
50 ਦਾ ਕੋਈ 20 ਦਾ ਕੋਈ, ਹੁਣ ਜਿਹੜੇ ਹੁਣ ਬੱਚਿਆਂ ਦਾ ਅਸੀਂ ਕਹਿੰਦੇ ਕੋਈ ਬੰਦਾ ਸ਼ਰਾਬ ਪੀਂਦਾ ਜੀ, ਇਹ ਕਰਦਾ ਉਹ ਕਰਦਾ, ਉਹ ਲੀਵਰ ਫੇਲ ਹੋ ਗਿਆ, ਡੈਥ ਹੋ ਗਈ, ਚਲੋ ਉਹ ਅਲੱਗ ਗੱਲ। ਹੁਣ ਕਈ ਛੋਟੇ ਛੋਟੇ ਬੱਚੇ ਜਿਹੜੇ ਵਿਚਾਰੇ ਕਦੇ ਨਾ ਖਾਂਦੇ ਨਾ ਪੀਂਦੇ ਨਾ ਕਿਸੇ ਦਾ ਮਾੜਾ ਕਰਦੇ, ਉਹਨਾਂ ਦੀ ਵੀ ਡੈਥ ਹੋ ਜਾਂਦੀ, ਉਹ ਵੀ ਕਿਸਮਤ 'ਤੇ ਉਨੀ ਲਿਖਾ ਕੇ ਆਏ ਜੀ ਉਹ। ਬਿਲਕੁਲ ਜੀ, 2 ਸਾਲ ਦੀ ਮੇਰੀ ਛੋਟੀ ਬੱਚੀ ਸੀ, ਪਹਿਲਾਂ ਉੱਥੇ ਅਸੀਂ 2 ਭਰਾ ਇਕੱਠੇ ਸੀ, ਉਹ ਮੇਰੀ ਭਰਜਾਈ ਨੇ ਪਾਲੀ ਇੱਥੇ ਆ ਕੇ ਬੜੇ ਕੋਲ ਰਹੇ 10-12 ਸਾਲ। ਉਹ ਕਦੇ ਵਿਚਾਰੇ ਨੇ ਸਾਡੇ ਤੋਂ ਕੁਛ ਲਿਆ ਨੀ, ਦਿੱਤਾ ਨੀ, ਮੌਜਾਂ ਕਰੀਆਂ ਉਹਦੀਆਂ, ਗੱਡੀਆਂ, ਉਹਦਾ ਘਰ, ਉਹਦੇ ਪੈਸੇ, ਸਭ ਕੁਛ ਵਰਤ ਹੈ ਜੀ। ਜੀ ਮਾੜਾ ਜਿਹਾ ਹੋਲਡ ਰੱਖਿਓ, ਮਾੜਾ ਜਿਹਾ ਹੋਲਡ ਰੱਖਿਓ। ਕੱਲ ਕਈ ਵਾਰੀ ਆ ਗਈਆਂ ਤੇ ਕਈ ਵਾਰੀ ਕੱਟ ਗਈਆਂ, ਉਹ ਫਿਰ ਅਸਲ ਚ ਚਲਦੇ ਫੋਨ ਦੇ ਵਿੱਚ ਹੋਲਡ ਨਹੀਂ ਹੁੰਦੀ, ਨਿਊਯਾਰਕ ਸਿਸਟਮ ਹੋਰ। ਹਾਂਜੀ ਸੁਰਿੰਦਰ ਸਿੰਘ ਜੀ, ਹਾਂਜੀ, ਇਹਨੂੰ ਕਿਸਮਤ ਕਹਿ ਲਓ ਜਾਂ ਕੁਛ ਕਹਿ ਲਓ, ਕੋਈ ਭੈਣਾਂ ਭਰਾਵਾਂ ਦੇ ਆਸਰੇ ਮੌਜਾਂ ਮਾਣੀਆਂ ਜੀ, ਹੁਣ ਵੀ ਪਰਮਾਤਮਾ ਦੀ ਕਿਰਪਾ, ਮੌਜਾਂ ਮਾਲੀ, ਇੰਡੀਆ ਚ ਵੀ 4 ਪੈਸੇ ਪਏ ਆ, ਇੱਥੇ ਵੀ ਹੈਗੇ ਆ, ਕੋਰਟ ਤੇ ਨਿਆਣੇ ਬੱਚੇ ਚੰਗੀਆਂ 10-10 ਹਜ਼ਾਰ ਦੀਆਂ ਜੋਬਾਂ ਕਰਦੇ ਆ ਸਾਰੇ, ਜਿਹੜੀ 2 ਸਾਲਾਂ ਦੀ ਕੁੜੀ ਛੱਡ ਕੇ ਚਲੇ ਗਏ ਸੀ, ਉਹਨੂੰ ਹਜੇ ਮਈ ਚ ਹੋਣਾ ਪੂਰੀ ਉਹਦੀ ਪੜ੍ਹਾਈ ਹੋਣੀ ਆ, ਤੇ ਉਹਨੂੰ ਜੋਬ ਪਹਿਲਾਂ ਹੀ ਮਿਲ ਗਈ ਗਾਸਲ ਦੇ ਵਿੱਚ, ਨਿਊਯਾਰਕ ਪਹਿਲਾਂ ਕਰਨੀ ਹੁੰਦੀ ਆ ਬੈਂਕ ਬੁੰਕ ਦੀ ਜੋਬ, ਰਿਜਦੀ ਹੋਈ ਇਸ ਤ੍ਰਿਸ਼ਨਾ ਤੇ ਬਰਫ ਦਾ ਪਾਣੀ ਪਾਉਣਾ ਸੀ, ਗੰਦ ਨਾਲ ਲਿਬੜੀ ਇਸ ਦੇਹੀ ਤੇ ਗੰਗਾ ਦਾ ਜਲ ਨਾ ਪਾਉਣ ਦਿੱਤਾ, ਸਾਰੀ ਰਾਤ ਸੱਲੜ ਮਨ ਨੂੰ ਚੁੱਪ ਮੇਰੀ ਨੇ ਸੌਣ ਨਾ ਦਿੱਤਾ, ਘਿਰਿਆ ਰਹਿੰਦਾ ਵਿੱਚ ਪਹੇਲੀ ਆਪਣਾ ਆਪ ਲਭਾਉਣਾ ਸੀ, ਸਫਲ ਜਿਹੀ ਬਸ ਇਸ ਕਿਰਿਆ ਵਿੱਚ ਮਨ ਨੂੰ ਹੋਰ ਬਰਾਉਣਾ ਸੀ, ਹੱਥੋਂ ਕਹਿਦੀ ਰਹੀ ਇਸ ਪਰ ਰੋਂਦੇ ਨੂੰ ਕੁਛ ਟਾਉਣ ਨਾ ਦਿੱਤਾ, ਸਾਰੀ ਰਾਤ ਵਿੱਚ ਅੱਲੜ ਮਨ ਨੂੰ ਚੁੱਪ ਮੇਰੀ ਨੇ ਸੌਣ ਨਾ ਦਿੱਤਾ, ਸੋਚਿਆ ਸੋਚ ਤਾਂ ਸੋਚੀ ਹੋਵੇ ਸਿਆਣੇ ਸੱਚ ਸੁਣਾਉਂਦੇ ਸੀ, ਸੋਚਿਆ ਸੋਚ ਨਾ ਸੱਚੀ ਹੋਵੇ ਸਿਆਣੇ ਸੱਚ ਸੁਣਾਉਂਦੇ ਸੀ, ਬਿਨ ਕਰਮਾਂ ਦੇ ਭਾਗਾਂ ਵਜੋਂ ਕਿੱਥੇ ਸੁੱਖ ਹਟਾਉਣੇ ਸੀ, ਬਿਨ ਕਰਮਾਂ ਤੇ ਭਾਗਾਂ ਵਜੋਂ ਕਿੱਥੇ ਸੁੱਖ ਹਟਾਉਣੇ ਸੀ, ਕੁੱਲਰ ਆਖੇ ਇਸ ਲਬਦਾ ਨੇ ਸਾਨੂੰ ਕਿਹੜੇ ਜੂਨ ਨਾ ਦਿੱਤਾ, ਸਾਨੂੰ ਕਿਧਰੇ ਜੂਨ ਨਾ ਦਿੱਤਾ, ਸਾਰੀ ਰਸ ਅੱਲੜ ਮਨ ਦੀ ਚੁੱਪ ਨੇ ਮੈਨੂੰ ਸੌਣ ਨਾ ਦਿੱਤਾ, ਜੱਗੀ ਜੀ ਸਾਰੀ ਰਸ ਅੱਲੜ ਮਨ ਦੀ ਚੁੱਪ ਨੇ ਮੈਨੂੰ ਸੌਣ ਨਾ ਦਿੱਤਾ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਗੱਲਾਂ ਬਾਤਾਂ ਚੱਲ ਰਹੀਆਂ ਨੇ, ਔਰ ਫਿਲਹਾਲ ਬ੍ਰੇਕ ਲੈਣੀ ਪਏਗੀ, ਬ੍ਰੇਕ ਤੋਂ ਫਿਰ ਹਾਜ਼ਰ ਹੁੰਦੇ ਆ, ਦੇਖਦੇ ਰਹੇ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਦੇ ਨਾਲ ਨਾਲ ਕਾਲਾਂ ਵਾਲੇ ਪਾਸੇ ਚੱਲਦੇ ਹਾਂ, ਕੀ ਵਿਚਾਰ ਨੇ ਤੁਹਾਡੇ, ਕੀ ਕਹਿਣਾ ਚਾਹੁੰਦੇ? ਹੈਲੋ ਹੈਲੋ ਜੱਗੀ ਜੀ, ਮੈਂ ਗੁਰਦੇਵ ਢੀਂਸਾ ਬੋਲ ਰਿਹਾ ਹਾਲੇ ਤੋਂ ਜੀ। ਢੀਂਸਾ ਸਾਹਿਬ ਸਵਾਗਤ ਹੈ ਜੀ, ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਹਾਂਜੀ, ਮੈਂ ਜੱਗੀ ਜੀ, ਮੈਂ ਨੀ ਵਿਸ਼ਵਾਸ ਕਰਦਾ ਪੁਰਾਣੇ ਤੁਹਾਡੇ, ਮੈਂ ਕਿਸਮਤ ਦੀ ਜਾਂ ਪੁਰਾਣੇ ਕਰਮਾਂ ਦੀ, ਪਿੱਛੇ ਕੀਤੇ ਕਰਮਾਂ ਦੀ, ਮੈਂ ਯਕੀਨ ਕਰਦਾ ਆਪਣੇ ਪੋਜ਼ਿਟਿਵ ਐਟੀਟਿਊਡ ਦੀ। ਠੀਕ ਹੈ, ਜਿਹੜੇ ਬੰਦੇ ਆਪਣੇ ਪਰਮਾਤਮਾ ਨੂੰ ਮਨ ਚ ਰੱਖ ਕੇ ਚੱਲਦੇ ਨੇ, ਜਾਂ ਕਹਿ ਲਓ ਸੁਪਰੀਮ ਬੀਇੰਗ ਜੋ ਦੁਨੀਆਂ ਨੂੰ, ਕਾਇਨਾਤ ਨੂੰ ਚਲਾ ਰਹੀ ਆ, ਉਹਨੂੰ ਉਹ ਤੋਂ ਡਰਦੇ, ਉਹ ਚ ਬਿਲੀਵ ਕਰਦੇ ਨੇ, ਜਦੋਂ ਉਹ ਸੱਚ ਦੀ ਖੋਜ ਕਰਨ ਲੱਗ ਜਾਂਦੇ ਨੇ, ਤੇ ਉਹ ਹੀ ਉਹਨਾਂ ਨੂੰ ਫਿਰ ਪੋਜ਼ਿਟਿਵ ਰਾਹ ਤੇ ਲੱਗ ਜਾਂਦੀ ਹੈ, ਤੇ ਉਹ ਫਿਰ ਤੁਹਾਡਾ ਆਲਾ ਜਿਹੜਾ ਡਰ ਹੈਗਾ ਤੁਹਾਡਾ ਵੀ ਪੋਜ਼ਿਟਿਵ ਬਦਲ ਜਾਂਦਾ, ਤੇ ਸਾਡੀ ਸਾਰੀਆਂ ਜਿਹੜੀਆਂ ਨਾ ਪੁੱਠੀਆਂ ਸਿੱਧੀਆਂ ਪਈ ਜਾਂਦੀਆਂ। ਜਿਹੜੇ ਸੱਜਣਾਂ ਨੂੰ ਕੋਈ ਠੋਕਰ ਲੱਗ ਜਾਂਦੀ ਆ ਕੋਈ ਜ਼ਿੰਦਗੀ ਵਿੱਚ, ਉਹ ਕੀ ਕਰਦੇ ਆ, ਉਹ ਫਿਰ ਸ਼ਰਾਬ ਦਾ ਹੋਰ ਨਸ਼ੇ ਦਾ ਸਹਿਯੋਗ ਲੈ ਕੇ ਆਪਣੇ ਮਨ ਨੂੰ ਥੋੜਾ ਕਾਇਮ ਰੱਖਣ ਲਈ ਇਹ ਸਾਰਾ ਲੈਂਦੇ ਆ, ਪਰ ਜਿਹੜਾ ਪਰਮਾਤਮਾ ਦਾ ਰਾਹ ਪੱਕ ਲੈਂਦੇ, ਸੱਚ ਦਾ ਰਾਹ ਫੜਦੇ ਨੇ, ਉਹਨਾਂ ਨੂੰ ਫਿਰ ਮੁੜ ਪਰਮਾਤਮਾ ਉਹਨਾਂ ਦਾ ਹੱਥ ਫੜ ਲੈਂਦਾ, ਉਹਨਾਂ ਉੱਤੇ ਉਹਦਾ ਹੱਥ ਉਸ ਸਿਰ ਤੇ ਆ ਜਾਂਦਾ, ਤੇ ਉਹ ਫਿਰ ਮੁੜ ਕੇ ਕਾਮਯਾਬੀਆਂ ਕਰ ਲੈਂਦੇ ਨੇ। ਮੈਂ ਤਾਂ ਇਹੀ ਕਹਾਂਗਾ ਜੀ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਵਿਚਾਰ ਤੁਹਾਡੇ ਬਹੁਤ ਵਧੀਆ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਜੀ, ਟੀਵੀ ਦੀ ਆਵਾਜ਼ ਕੱਟ ਕਰਿਓ ਜੀ। ਓਕੇ ਜੀ ਜੀ ਹਾਂਜੀ, ਕੀ ਜੀ ਕੀ ਵਿਚਾਰ ਨੇ ਜੀ? ਵਿਚਾਰ ਇਹ ਆ, ਹੁਣ ਕਿਸਮਤ ਚੱਲਦੇ ਆ ਜਾਂ ਕਰਮਾਂ ਵਾਲਾ, ਇੱਕੋ ਹੀ ਗੱਲ ਹੋਣੀ ਦੋਨੋਂ ਹੀ। ਹਾਂਜੀ, ਨਹੀਂ ਆਪਾਂ ਤੇ ਮਤਲਬ ਮੁੱਖ ਦੀ ਗੱਲ ਤਾਂ ਇਹ ਸੀ ਵੀ ਜਿਵੇਂ ਮੈਂ ਸਮਝਦਾ ਕਿ ਇਹਦੇ ਚ ਕਿ ਪਰਮਾਤਮਾ ਦੀ ਕਿਰਪਾ ਇਹਨੂੰ ਕਹਿ ਲਓ, ਚਾਹੇ ਕਿਸਮਤ ਦਾ ਜੋ ਕਿਰਪਾ ਕਹਿ ਲਓ, ਚਾਹੇ ਕਰਮ ਕਹਿ ਲਓ, ਕਰਮ ਕਿਸਮਤ ਇੱਕੋ ਹੀ ਬਰਾਬਰ ਲੱਗਦੀ ਦੋਨੋਂ ਹੀ ਦਾ ਜੀ ਜੀ।
ਬਾਕੀ ਇਹ ਆਵੇ ਅੱਗੇ ਸ਼ੇਰ ਆਉਂਦਾ ਹੁੰਦਾ ਸੀ ਕਰਮ ਬੰਦੇ ਦੇ ਜਦੋਂ ਆਉਣ ਮਾੜੇ ਭਾਵੇਂ ਸਿਰ ਤੇ ਲਾਲਾਂ ਦੀ ਪੰਡ ਹੋਵੇ ਉਹ ਵੀ ਵਿੱਚ ਬਾਜ਼ਾਰ ਦੇ ਵਿਕਣ ਮੰਦੇ ਭਾਵੇਂ ਮਗਰ ਦਲਾਲਾਂ ਦੀ ਡੰਡ ਹੋਵੇ। ਬਾਕੀ ਕਰਮ ਜਿਹੜੇ ਚੰਗੇ ਉਹਦੇ ਭੁੱਜੇ ਦਾਣੇ ਵੀ ਜੰਮ ਪੈਂਦੇ ਨੇ। ਬਿਲਕੁਲ ਜੀ ਬਿਲਕੁਲ ਯਾਰ। ਬਾਕੀ ਰਿਆੜ ਸਾਹਿਬ ਕਿੱਧਰ ਦਾ ਆਪਣੇ ਕਿੱਧਰ ਗਏ ਹੁਣ? ਰਿਆੜ ਸਾਹਿਬ ਮੰਡੇ ਤੋਂ ਹੋਣਗੇ, ਉਹ ਸੀਗੇ ਗਏ ਤੇ ਉਦੋਂ ਬਾਅਦ ਬਿਮਾਰ ਹੋ ਗਏ ਉੱਥੇ, ਉੱਧਰ ਗਏ ਸੀ ਵਰਜੀਨੀਆ, ਸਵਾਗਤ ਹੈ ਜੀ। ਹਾਂਜੀ ਬਾਬਾ ਜੀ, ਹਾਂਜੀ ਥੈਂਕ ਯੂ। ਤੇ ਕਹਿੰਦੇ ਖੁਦਾ ਬੰਦਿਆ ਖੁਦ ਕੋ ਕਰ ਬੁਲੰਦ ਇਤਨਾ, ਖੁਦਾ ਤੁਸੇ ਪੁੱਛੇ ਬੰਦਾ ਤੇਰੀ ਰਜ਼ਾ ਕਿਆ ਹੈ ਜੀ। ਇਹਦੇ ਚ ਕੋਈ ਸ਼ੱਕ ਨਹੀਂ, ਬੰਦੇ ਚ ਦ੍ਰਿੜਤਾ ਹੋਵੇ, ਵਿਸ਼ਵਾਸ ਹੋਵੇ ਤੇ ਸਬਰ ਹੋਵੇ, ਕਿਸਮਤ ਨੂੰ ਵੀ ਬਦਲ ਸਕਦਾ। ਬਿਲਕੁਲ ਤੁਸੀਂ ਬਿਲਕੁਲ ਠੀਕ ਕਿਹਾ। ਤੇ ਜੱਗੀ ਜੀ ਦੇ ਜਲਵੇ ਦੇ ਚ ਉਹਨੂੰ ਅੱਗੇ ਵਧਾਉਂਦਿਆ ਹੋਇਆ ਦੇਖੋ ਜੱਗੀ, ਉਹ ਕਹਿੰਦਾ ਕਿ ਅਸੀਂ ਕਿਸਮਤ ਦੇ ਭਰੋਸੇ ਨਾ ਰਹੀਏ। ਜੇ ਕਿਸਮਤ ਸਾਡੀ ਚੰਗੀ ਹੈ ਜੀ, ਮੇਰੀ ਕਿਸਮਤ ਚੋਂ ਮੈਨੂੰ ਮਿਲਣਾ, ਅਸੀਂ ਸੁੱਤੇ ਰਹੀਏ। ਉਹ ਕਹਿੰਦੇ ਜੀ ਜਾਗਦਿਆਂ ਦੇ ਕੱਟੀਆਂ ਤੇ ਸੌਂਦਿਆਂ ਦੇ ਕੱਟੇ ਕੱਟੇ। ਮਾਫੀ ਚਾਹਾਂਗਾ ਤੇ ਗੱਲ ਮੈਨੂੰ ਕੰਕਲੂਡ ਕਰ ਦੇਣਾ। ਤੋ ਇੱਕ ਬੰਦਾ ਇੱਕ ਬਾਬੇ ਕੋਲ ਗਿਆ, ਕਹਿੰਦਾ ਬਾਬਾ ਜੀ ਮੇਰਾ ਬੱਚਾ ਨੀ ਹੁੰਦਾ। ਬਾਬੇ ਨੇ ਉਹਨੂੰ ਪੁੜੀ ਦੇ ਦਿੱਤੀ। ਉਹ ਕਹਿੰਦਾ ਜੀ ਬਾਬਾ ਜੀ ਨੇ ਪੁੜੀ ਦੇ ਦਿੱਤੀ ਤੇ ਟਬੂਸੀਆਂ ਮਾਰੇ, ਹੁਣ ਤੇ ਮੇਰੇ ਬੱਚਾ ਹੋ ਜਾਣਾ। ਬਾਬੇ ਨੇ ਉਹਨੂੰ ਪਿੱਛੇ ਟਬੂਸੀਆਂ ਮਾਰਦਾ ਦੌੜ ਪਿਆ, ਬਾਬੇ ਨੇ ਉਹਨੇ ਪਿੱਛੋਂ ਆਵਾਜ਼ ਮਾਰੀ, ਉਹ ਕਹਿੰਦਾ ਇਸ ਪੁੜੀ ਦੇ ਭਰੋਸੇ ਨਾ ਰਹੀ, ਤੂੰ ਕੁਝ ਤੂੰ ਹੀ ਕਰੀ। ਬਿਲਕੁਲ ਮਿਹਰਬਾਨੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਗੱਲਾਂ ਪਤਾ ਚੱਲ ਰਹੀਆਂ ਨੇ, ਕਿਸਮਤ ਦੀ ਗੱਲ ਚੱਲਦੀ। ਅਗਰ ਅਸੀਂ ਵੈਸੇ ਚਲੋ ਕਹਿੰਦੇ ਹਾਂ ਵੀ ਕਿਸਮਤ ਦਾ ਜਿਹੜਾ ਹੈਗਾ ਬਹੁਤ ਵੱਡਾ ਯੋਗਦਾਨ, ਕਹਿੰਦੇ ਨਹੀਂ ਦੇਖਿਆ ਵੀ ਹੈਗਾ। ਕੋਈ ਰਾਜਾ ਸੀ, ਕੋਈ ਰਾਜੇ ਦੇ ਆਪਣਾ ਬੈਠਾ ਸੀ, ਬੜਾ ਭੈੜੀ ਸ਼ਕਲ ਉਹਦੀ ਰਾਜੇ ਦੀ, ਐਨ ਅਜੀਬ ਜਿਹਾ ਦੇਖਣ ਨੂੰ, ਬੇ ਢੱਬਾ ਜਿਹਾ ਸੀਗਾ ਰਾਜਾ, ਬੜਾ ਅਮੀਰ ਸੀਗਾ। ਉਹਦੇ ਦਰਬਾਰ ਦੇ ਵਿੱਚ ਇੱਕ ਨੱਚਣ ਵਾਲੀ ਜਿਹੜੀ ਡਾਂਸਰ ਹੁੰਦੀ, ਨਰਤਕੀ ਜਿਹਨੂੰ ਅਸੀਂ ਕਹਿੰਦੇ, ਉਹ ਨੱਚ ਰਹੀ ਸੀ, ਉਹ ਸੀ ਬਹੁਤ ਸੋਹਣੀ। ਉਹਨੇ ਰਾਜੇ ਨੂੰ ਟੌਂਚ ਮਾਰਿਆ, ਕਹਿੰਦੀ ਵੀ ਰਾਜਾ ਜੀ ਜਦੋਂ ਰੱਬ ਹੁਸਨ ਵੰਡਦਾ ਸੀ ਉਦੋਂ ਤੁਸੀਂ ਕਿੱਥੇ ਸੀ? ਉਹ ਕਹਿੰਦਾ ਬੀਬਾ ਤੂੰ ਉਦੋਂ ਹੁਸਨ ਵਾਲੀ ਲਾਈਨ 'ਚ ਲੱਗੀ ਸੀ, ਤੈਨੂੰ ਹੁਸਨ ਮਿਲ ਗਿਆ, ਮੈਂ ਉਦੋਂ ਕਿਸਮਤ ਵਾਲੀ ਲਾਈਨ 'ਚ ਲੱਗਿਆ ਸੀ, ਮੈਨੂੰ ਕਿਸਮਤ ਮਿਲ ਗਈ। ਸੋ ਇਹ ਆ ਵੀ ਕਿਸਮਤ ਵਾਲਿਆਂ ਦੇ ਜਿਹੜੇ ਹੁਸੀਨ ਲੋਕ ਹੈਗੇ ਨੇ ਉਹ ਵੀ ਗੁਲਾਮ ਹੁੰਦੇ ਨੇ। ਬ੍ਰੇਕ ਲੈਂਦੇ ਹਾਂ ਜੀ, ਫਿਰ ਹਾਜ਼ਰ ਹੁੰਦੇ ਦੇਖ ਰਹੇ ਜਸ ਪੰਜਾਬੀ ਜੀ। ਸਮਾਂ ਨਹੀਂ ਹੈ ਕਾਲਾਂ ਲੈਣ ਦਾ, ਇਸ ਕਰਕੇ ਕਾਲਾਂ ਨਹੀਂ ਲੈ ਹੋਣੀਆਂ। ਅਕਸਰ ਆਖਰੀ ਸੈਗਮੈਂਟ ਦੇ ਵਿੱਚ ਕਾਲਾਂ ਦਾ ਸਿਲਸਿਲਾ ਜਿਹੜਾ ਉਹ ਨਹੀਂ ਬਣਦਾ ਸਮੇਂ ਦੀ ਘਾਟ ਕਰਕੇ। ਮੁੱਕਦੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਵੀ ਸੌ ਹੱਥ ਰੱਸਾ ਸਿਰੇ 'ਤੇ ਗੰਢ, ਬਹੁਤ ਸਾਰੇ ਜੇ ਅਸੀਂ ਕਿਸਮਤ 'ਤੇ ਵਿਸ਼ਵਾਸ ਕਰ ਲਈਏ ਤੇ ਕੁਛ ਵੀ ਹੱਥ ਪੱਲਾ ਹੀ ਨਾ ਹਿਲਾਈਏ ਤੇ ਫਿਰ ਉਹਦੇ ਨਾਲ ਕੁਛ ਨਹੀਂ ਹੁੰਦਾ। ਸਿਆਣਿਆਂ ਨੇ ਜਿਹੜੀ ਗੱਲ ਮੈਨੂੰ ਸਿਖਾਈ ਸੀਗੀ, ਮੈਂ ਉਹ ਪੱਲੇ ਬੰਨੀ ਤਾਂ ਮੈਨੂੰ ਉਹ ਲੱਗਦਾ ਵੀ ਉਹਦੇ ਨਾਲ ਹੀ ਮੇਰੀ ਕਿਸਮਤ ਵਧੀਆ ਹੁੰਦੀ ਹੈ। ਇੱਕ ਤਾਂ ਉਹਨਾਂ ਨੇ ਕਿਹਾ ਸੀ ਵੀ ਇਮਾਨਦਾਰੀ ਦੇ ਨਾਲ ਕੀਤੀ ਮਿਹਨਤ ਰੰਗ ਜ਼ਰੂਰ ਲਿਆਉਂਦੀ ਹੈ, ਇਮਾਨਦਾਰੀ ਨਾਲ ਕੀਤੀ ਮਿਹਨਤ। ਸੋ ਮੈਂ ਉਹ ਚੀਜ਼ ਪੱਲੇ ਬੰਨੀ ਹੋਈ ਹੈ, ਕੋਈ ਵੀ ਕੰਮ ਕਰੀਦਾ ਕਦੇ ਇਹ ਨਹੀਂ ਸੋਚੀਦਾ, ਨਹੀਂ ਤਾਂ ਆਮ ਤੌਰ 'ਤੇ ਇਹ ਸੋਚ ਲੈਂਦੇ ਮੈਂ ਆਹ ਕੰਮ ਕਰਨ ਲੱਗਾ ਮੈਨੂੰ ਇਹਦਾ ਕੀ ਫਾਇਦਾ ਹੋਇਆ, ਕੰਮ ਤਾਂ ਮੈਂ ਕਰ ਦੂੰ, ਉੱਥੇ ਜਾਣਾ ਮੈਂ 100 ਮੀਲ ਜਾਊਂਗਾ, ਆਹ ਕਰ ਦੂੰ, ਮੈਨੂੰ ਕੋਈ ਫਾਇਦਾ ਹੋਊ, ਬਿਨਾਂ ਜਾਇਆ ਵੀ ਸਰ ਸਕਦਾ। ਉਹ ਚੀਜ਼ ਕਦੇ ਸ਼ੁਰੂ ਤੋਂ ਹੀ ਨਹੀਂ ਸੋਚੀ, ਜਦੋਂ ਮਕੈਨਿਕੀ ਕਰਦੇ ਸੀ ਉਦੋਂ ਤੋਂ ਹੀ ਨਹੀਂ ਸੋਚੀ ਵੀ ਕੰਮ ਜਿਹੜਾ ਕਰਨਾ ਉਹਨੂੰ ਕੰਮ ਨੂੰ ਕੰਮ ਸਮਝ ਕੇ ਕਰਨਾ, ਉਹਦੀ ਆਊਟਪੁੱਟ ਕੀ ਹੈ, ਉਹਦਾ ਫਾਇਦਾ ਕੀ ਹੈ, ਉਹਦਾ ਕੀ ਨਹੀਂ ਹੈ, ਉਹ ਬਾਅਦ ਦੀ ਗੱਲ ਹੈ। ਉਹ ਪਰਮਾਤਮਾ 'ਤੇ ਛੱਡ ਕੇ ਕੰਮ ਅਗਰ ਅਸੀਂ ਕਰੀਏ ਤਾਂ ਸਫਲਤਾ ਜ਼ਰੂਰ 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 ਮਿਲਦੀ ਹੈ। ਸੋ ਉਮੀਦ ਕਰਦਾ ਜੀ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈ, ਨਾਲ ਦੀ ਨਾਲ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ। ਬਹੁਤ ਸਾਰੇ ਦਰਸ਼ਕ ਪੁੱਛਦੇ ਨੇ ਕਿ ਕੈਲੀਫੋਰਨੀਆ ਅਸੀਂ ਕਿੱਥੇ ਮਿਲ ਸਕਦੇ ਹੋ, ਮੇਰਾ ਸੈੱਲ ਨੰਬਰ ਨੋਟ ਕਰੋ, ਮੈਨੂੰ ਕਾਲ ਕਰੋ, ਜਿੱਥੇ ਆਪਾਂ ਉਹ ਤਾਂ ਪੰਜਾਬੀ 'ਚ ਹੋਰ ਆ ਗਿਆ, ਜਿੱਥੇ ਕਹੋਗੇ ਮਿਲ ਲਾਂਗੇ, ਜਿੱਥੇ ਕਹੋਗੇ ਜੀ ਉੱਥੇ ਹਾਜ਼ਰ ਹੋ ਜਾਵਾਂਗੇ ਅਸੀਂ, ਤੁਹਾਡੇ ਬਿਜ਼ਨਸ 'ਤੇ, ਤੁਹਾਡੇ ਜਿੱਥੇ ਵੀ ਤੁਸੀਂ ਕਹੋਗੇ ਮੈਂ ਉੱਥੇ ਪਹੁੰਚ ਜਾਊਂਗਾ। ਜਾਂ ਤੁਸੀਂ ਸਾਡੇ ਸਟੂਡੀਓ ਆਉਣਾ ਚਾਹੁੰਦੇ ਹੋ, ਸਟੂਡੀਓ ਵੀ ਆ ਸਕਦੇ ਹੋ। ਨੰਬਰ ਨੋਟ ਕਰ ਲਓ, ਪਰ ਆਉਣਾ ਫੋਨ ਕਰਕੇ ਹੀ ਪਏਗਾ, ਮਿਲਣਾ ਮਿਲਾਉਣਾ ਫੋਨ ਕਰਕੇ ਹੀ ਪਏਗਾ। ਕੋਈ ਐਡ ਦੇਣੀ ਚਾਹੁੰਦੇ ਹੋ, ਕੋਈ ਈਵੈਂਟ ਆ ਤੁਹਾਡੇ ਨੇੜੇ 'ਤੇ, ਤਾਂ ਜ਼ਰੂਰ ਕਾਲ ਕਰੋ 209-450-3320-9-4503-62। ਅਖੀਰ ਦੇ ਸਭ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ।